ਜੀਵਨ ਪ੍ਰਭੂ ਪਰਮੇਸ਼ਵਰ ਦੇ ਨਾਮ ਦੇ ਵਿੱਚ ਇਕੱਠੇ ਹੋਏ ਹਾਂ। ਅਸੀਂ ਖੁਦਾਵੰਦ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਅੱਜ ਅਸੀਂ ਪ੍ਰਾਰਥਨਾ ਭਵਨ ਟੀਮ ਦੇ ਜ਼ਰੀਏ ਖੁਦਾਵੰਦ ਪ੍ਰਭੂ ਪਰਮੇਸ਼ਵਰ ਦਾ ਪਵਿੱਤਰ ਕਲਾਮ, ਪਵਿੱਤਰ ਵਚਨ ਲੈ ਕੇ ਆਏ ਹਾਂ। ਆਓ ਅਸੀਂ ਖੁਦਾਵੰਦ ਪ੍ਰਭੂ ਪਰਮੇਸ਼ਵਰ ਦਾ ਧੰਨਵਾਦ ਕਰੀਏ ਜੋ ਪ੍ਰਾਰਥਨਾ ਭਵਨ ਟੀਮ ਪਿਲਾਰ ਸਤਸੰਗ ਟੀਮ ਦੇ ਜ਼ਰੀਏ ਅੱਜ ਇਸ ਵਚਨ ਨੂੰ ਤੁਹਾਡੇ ਦਿਲਾਂ ਤੱਕ ਪਹੁੰਚਾ ਰਿਹਾ ਹੈ। ਖੁਦਾਵੰਦ ਪ੍ਰਭੂ ਪਰਮੇਸ਼ਵਰ ਦੀ ਉਸਤਤ ਮਹਿਮਾ ਵਡਿਆਈ ਦੇ ਲਈ ਅੱਜ ਅਸੀਂ ਇਕੱਠੇ ਹੋਏ ਹਾਂ ਅਤੇ ਖੁਦਾਵੰਦ ਦਾ ਵਚਨ ਸਾਨੂੰ ਸਿਖਾਉਂਦਾ ਹੈ ਕਿ ਤੁਸੀਂ ਮੈਨੂੰ ਨਹੀਂ, ਮੈਂ ਤੁਹਾਨੂੰ ਚੁਣਿਆ ਹੈ। ਅੱਜ ਪ੍ਰਭੂ ਨੇ ਸਾਨੂੰ ਆਪਣੀ ਉਸਤਤ ਮਹਿਮਾ ਵਡਿਆਈ ਦੇ ਲਈ ਚੁਣਿਆ ਹੈ। ਆਓ ਅਸੀਂ ਖੁਦਾਵੰਦ ਪ੍ਰਭੂ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਪ੍ਰਾਰਥਨਾ ਕਰੀਏ ਔਰ ਇਸ ਗੀਤ ਦੇ ਜ਼ਰੀਏ ਖੁਦਾਵੰਦ ਪ੍ਰਭੂ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਔਰ ਬਰਕਤ ਦੇਵੇ। ਹਾਲੇਲੂਇਆ ਹਾਲੇਲੂਇਆ, ਉੱਚੀ ਆਵਾਜ਼ ਨਾਲ ਹਾਲੇਲੂਇਆ 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 ਹਾਲੇਲੂਇਆ। ਔਰ ਖੁਦਾਵੰਦ ਪ੍ਰਭੂ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਉੱਚੀਆਂ ਸੁਰਾਂ ਦੇ ਨਾਲ ਤਾਲੀਆਂ ਵਜਾਉਂਦੇ ਹੋਏ ਕੀ ਕਰੋ, ਪ੍ਰਭੂ ਦੀ ਆਰਾਧਨਾ, ਉਸਦੀ ਮਹਿਮਾ ਕਰੋ, ਉਸਦੀ ਉਸਤਤ ਕਰੋ। ਅਸੀਂ ਪ੍ਰਭੂ ਦੀ ਮਹਿਮਾ ਦੇ ਲਈ ਇਕੱਠੇ ਹੋਏ ਹਾਂ। ਆਓ ਅਸੀਂ ਇਸ ਗੀਤ ਦੇ ਜ਼ਰੀਏ ਖੁਦਾਵੰਦ ਪ੍ਰਭੂ ਪਰਮੇਸ਼ਵਰ ਦੀ ਉਸਤਤ ਕਰੀਏ, ਉਸਦੀ ਮਹਿਮਾ ਕਰੀਏ, ਉਸਦੀ ਵਡਿਆਈ ਕਰੀਏ ਜੋ ਆਦ ਹੈ, ਅੰਤ ਹੈ, ਅਲਫਾ ਅਤੇ ਓਮੇਗਾ ਹੈ। ਆਮੀਨ। ਹਾਲੇਲੂਇਆ 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 ਹਾਲੇਲੂਇਆ। ਬੋਲੀਏ, ਮੈਂ ਪ੍ਰਭੂ ਤੇ ਵਿਸ਼ਵਾਸ ਰੱਖਦਾ ਹਾਂ, 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 ਮੈਂ ਪ੍ਰਭੂ ਦੀ ਸੰਤਾਨ ਹਾਂ, ਮੈਂ ਪ੍ਰਭੂ ਦੀ ਸੰਤਾਨ ਹਾਂ। ਇਹ ਮੇਰਾ ਵਿਸ਼ਵਾਸ ਹੈ, ਇਹ ਮੇਰਾ ਵਿਸ਼ਵਾਸ ਹੈ, ਇਹ ਮੇਰਾ ਵਿਸ਼ਵਾਸ ਹੈ, ਇਹ ਮੇਰਾ ਵਿਸ਼ਵਾਸ ਹੈ ਕਿ ਮੈਂ ਸ਼ੈਤਾਨ ਉੱਤੇ ਜਿੱਤ ਪਾਵਾਂਗਾ, ਕਿ ਮੈਂ ਸ਼ੈਤਾਨ ਉੱਤੇ ਜਿੱਤ ਪਾਵਾਂਗਾ। ਆਮੀਨ ਆਮੀਨ। ਹਾਲੇਲੂਇਆ 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 ਹਾਲੇਲੂਇਆ। ਆਓ ਅਸੀਂ ਇਸ ਗੀਤ ਦੇ ਜ਼ਰੀਏ ਖੁਦਾਵੰਦ ਪ੍ਰਭੂ ਪਰਮੇਸ਼ਵਰ ਦੀ ਉਸਤਤ ਮਹਿਮਾ ਵਡਿਆਈ ਕਰੀਏ। ਤੇਰੇ ਜਲਾਲ ਵਿੱਚ ਵਧਦਾ ਜਾਵਾਂ, ਉੱਚਾ ਨਾ ਤੇਰਾ ਕਰਦਾ ਜਾਵਾਂ, ਤੇਰੇ ਜਲਾਲ ਵਿੱਚ ਵਧਦਾ ਜਾਵਾਂ, ਉੱਚਾ ਨਾ ਤੇਰਾ ਕਰਦਾ ਜਾਵਾਂ। ਸਭ ਜਨ ਗਾਈਏ ਮਿਲ ਕੇ, ਤੇਰੇ ਜਲਾਲ ਜਨਾ ਤੇਰਾ ਕਰਦਾ ਜਾਵਾਂ। ਉੱਚੀ ਆਵਾਜ਼ ਨਾਲ ਪ੍ਰਭੂ ਦੀ ਮਹਿਮਾ ਕਰਦੇ ਹੋਏ, ਤੇਰੇ ਜਲਾਲ ਵਿੱਚ ਵਧਦਾ ਜਾਵਾਂ, ਜਨਾ ਤੇਰਾ ਕਰਦਾ ਜਾਵਾਂ, ਤੇਰੇ ਜਲਾਲ ਵਿੱਚ ਵਧਦਾ ਕਰਦਾ ਜਾਵਾਂ। ਮਿਲ ਕੇ ਗਾਏ, ਤੇਰੇ ਜਲਾਲ ਵਿੱਚ ਵਧਦਾ ਜਾਵਾਂ, ਉਹ ਜਨਾ ਤੇਰਾ ਕਰਦਾ ਜਾਵਾਂ। ਇਸ ਗਾਏ
ਕਰਦਾ ਜਾਵਾਂ। ਖੁਦਾਵੰਦ ਪ੍ਰਭੂ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਹੈ, ਖੁਦਾਵੰਦ ਪ੍ਰਭੂ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਸਾਨੂੰ ਕਿ ਮੈਂ ਆਪਣੇ ਸੱਚੇ ਆਰਾਧਕਾਂ ਨੂੰ ਲੱਭਦਾ ਹਾਂ ਜੋ ਰੂਹ ਅਤੇ ਸੱਚਾਈ ਨਾਲ ਪ੍ਰਭੂ ਦੀ ਆਰਾਧਨਾ ਕਰਦੇ ਹਨ। ਆਮੀਨ। ਹਾਲੇਲੂਇਆ। ਆਈਏ ਅਸੀਂ ਰੂਹ ਦੇ ਵਿੱਚ ਹੋ ਕੇ ਬੁਰੀ ਆਤਮਾ ਦੇ ਨਾਲ ਇਸ ਗੀਤ ਦੇ ਜ਼ਰੀਏ ਖੁਦਾਵੰਦ ਪ੍ਰਭੂ ਪਰਮੇਸ਼ਵਰ ਦੀ ਉਸਤਤ ਮਹਿਮਾ ਵਡਿਆਈ, ਤਾਲੀਆਂ ਵਜਾਉਂਦੇ ਹੋਏ ਖੁਸ਼ੀ ਦੇ ਨਾਲ ਅਤੇ ਪੂਰੀ ਆਤਮਾ ਦੇ ਨਾਲ ਪ੍ਰਭੂ ਦੀ ਉਸਤਤ ਮਹਿਮਾ ਵਡਿਆਈ ਕਰੀਏ। ਤੇਰੇ ਜਲਾਲ ਵਿੱਚ ਵਧਦਾ ਜਾਵਾਂ, ਤੇਰੇ ਜਲਾਲ ਵਿੱਚ ਵਧਦਾ ਜਾਵਾਂ, ਉੱਚਾ ਨਾਂ ਤੇਰਾ ਕਰਦਾ ਜਾਵਾਂ, ਤੇਰੇ ਜਲਾਲ ਵਿੱਚ ਵਧਦਾ ਜਾਵਾਂ, ਉੱਚਾ ਨਾਂ ਤੇਰਾ ਕਰਦਾ ਜਾਵਾਂ, ਤੇਰੇ ਜਲਾਲ ਵਿੱਚ ਵਧਦਾ ਜਾਵਾਂ, ਉੱਚਾ ਨਾਂ ਕਰਦਾ ਜਾਵਾਂ, ਤੇਰੇ ਜਲਾਲ ਵਿੱਚ ਵਧਦਾ ਜਾਵਾਂ, ਉੱਚਾ ਨਾਂ ਤੇਰਾ ਕਰਦਾ ਜਾਵਾਂ, ਉੱਚਾ ਨਾਂ ਤੇਰਾ ਕਰਦਾ ਜਾਵਾਂ। ਜਗ ਤੋਂ ਡਰਿਆਂ ਕੁਛ ਨਹੀਂ ਮਿਲਦਾ, ਤੈਥੋਂ ਡਰਿਆਂ ਜ਼ਿੰਦਗੀ ਮਿਲੇ, ਜਗ ਤੋਂ ਡਰਿਆਂ ਕੁਛ ਨਹੀਂ ਮਿਲਦਾ, ਤੈਥੋਂ ਡਰਿਆਂ ਜ਼ਿੰਦਗੀ ਮਿਲੇ, ਜਗ ਤੋਂ ਡਰਿਆਂ ਕੁਛ ਨਹੀਂ ਮਿਲਦਾ, ਤੈਥੋਂ ਡਰਿਆਂ ਜ਼ਿੰਦਗੀ ਮਿਲੇ, ਜਗ ਤੋਂ ਡਰਿਆਂ ਸਭ ਕੁਝ ਸੈਨਾ ਦਿਲ
ਸੂਰਾਂ ਦੀ ਪੋਥੀ ਦੇ ਵਿੱਚ ਦਾਊਦ ਰਾਜਾ ਫਰਮਾਉਂਦੇ ਹਨ ਕਿ ਖੁਦਾਇਆ ਤੇਰੀ ਰੂਹ ਤੋਂ ਨੱਸ ਕੇ ਮੈਂ ਕਿੱਥੇ ਜਾਵਾਂ, ਮੈਂ ਜਿਹੜੇ ਪਾਸੇ ਦੇਖਦਾ ਹਾਂ ਪ੍ਰਭੂ ਤੇਰਾ ਹੀ ਨਾਮ ਹੈ, ਜੇਕਰ ਮੈਂ ਆਸਮਾਨ ਦੇ ਵੱਲ ਦੇਖਦਾ ਹਾਂ ਤਾਂ ਪ੍ਰਭੂ ਉੱਥੇ ਵੀ ਤੂੰ ਹੈ, ਜੇਕਰ ਮੈਂ ਪਤਾਲ ਦੇ ਵਿੱਚ ਯਾਨੀ ਕਿ ਧਰਤੀ ਦੇ ਥੱਲੇ ਦੇਖਦਾ ਹਾਂ ਤਾਂ ਪ੍ਰਭੂ ਉੱਥੇ ਵੀ ਤੇਰਾ ਨਾਮ ਹੈ, ਮੈਂ ਤੇਰੀ ਰੂਹ ਤੋਂ ਨੱਸ ਕੇ ਕਿੱਥੇ ਜਾਵਾਂ, ਮੈਨੂੰ ਤੇਰੀ ਦੂਰੀ ਸਹਿ ਨਹੀਂ ਹੁੰਦੀ। ਹਾਲੇਲੂਇਆ 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 ਹਾਲੇਲੂਇਆ। ਚਾਹੇ ਸਭ ਕੁਝ ਸਹਿਣਾ ਦਿਲ ਤੇ ਦੂਰੀ ਤੇਰੀ ਸਹਿਣਾ ਹੋਵੇ, ਚਾਹੇ ਸਭ ਕੁਝ ਸਹਿਣਾ ਦਿਲ ਤੇ ਦੂਰੀ ਤੇਰੀ ਸਹਿਣਾ ਹੋਵੇ, ਤੇਰੇ ਬਿਨਾ ਮੈਂ ਮਰਦਾ ਜਾਵਾਂ, ਤੇਰੇ ਬਿਨਾ ਮੈਂ ਮਰਦਾ ਜਾਵਾਂ, ਉੱਚਾ ਨਾ ਤੇਰਾ ਕਰਦਾ ਵੱਧਦਾ ਜਾਵਾਂ। ਹਾਲੇਲੂਇਆ ਹਾਲੇਲੂਇਆ। ਜੋ ਪ੍ਰਭੂ ਦੇ ਜਲਾਲ ਵਿੱਚ ਵੱਧ ਜਾਂਦਾ ਹੈ
ਉੱਥੋਂ ਅੰਧਕਾਰ ਖਤਮ ਹੋ ਜਾਂਦਾ ਹੈ ਅਤੇ ਅੰਧਕਾਰ ਮਤਲਬ ਸ਼ੈਤਾਨ। ਹਾਲੇਲੂਇਆ ਹਾਲੇਲੂਇਆ। ਜਿੱਥੇ ਪ੍ਰਭੂ ਦਾ ਜਲਾਲ ਉਸਤਤ ਪ੍ਰਾਰਥਨਾ ਸ਼ੁਰੂ ਹੋ ਜਾਂਦੀ ਹੈ ਉੱਥੋਂ ਸ਼ੈਤਾਨ ਹਾਰ ਜਾਂਦਾ ਹੈ। ਹਾਲੇਲੂਇਆ 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 ਹਾਲੇਲੂਇਆ। ਦੂਜਾ ਕੁਰਿੰਥੀਆਂ 3:17 ਆਇਤ ਵਿੱਚ ਲਿਖਿਆ ਹੈ, ਪਰਮੇਸ਼ਰ ਆਤਮਾ ਹੈ, ਜਿੱਥੇ ਪਰਮੇਸ਼ਰ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ। ਹਾਲੇਲੂਇਆ ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦੀ ਉਸਤਤ ਮਹਿਮਾ ਆਰਾਧਨਾ ਕਰਦੇ ਹਾਂ ਉੱਥੇ ਆਜ਼ਾਦੀ ਆ ਜਾਂਦੀ ਹੈ, ਉੱਥੇ ਸ਼ੈਤਾਨ ਦਾ ਬੰਧਨ ਟੁੱਟ ਜਾਂਦਾ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਕੁਲਸੀਆਂ ਦੇ ਨਾਮ ਪੱਤਰ 5 ਉਸਦੀ 1 ਆਇਤ ਵਿੱਚ ਅਸੀਂ ਸੁਣਦੇ ਹਾਂ। ਕੁਲਸੀਆਂ ਦੇ ਨਾਮ ਪੱਤਰ 5 ਉਹਦੀ 1 ਐਤ ਵਿੱਚ ਸੁਣਦੇ ਹਾਂ, ਮਸੀਹ ਨੇ ਸਾਨੂੰ ਆਜ਼ਾਦ ਕੀਤਾ ਹੈ। ਅਸੀਂ ਵਚਨ ਦੇ ਵਿੱਚੋਂ ਪੜ੍ਹਾਂਗੇ, ਕਿਉਂਕਿ ਪ੍ਰਭੂ ਆਤਮਾ ਹੈ, ਪ੍ਰਭੂ ਯਿਸੂ ਮਸੀਹ ਆਤਮਾ ਦੀ ਸ਼ਕਤੀ ਦੇ ਨਾਲ ਇਸ ਧਰਤੀ 'ਤੇ ਆਏ। ਪਵਿੱਤਰ ਆਤਮਾ ਜਦੋਂ ਮਾਂ ਮਰੀਅਮ ਦੇ ਉੱਤੇ ਉਤਰ ਆਇਆ ਉਹੀ ਸ਼ਬਦ ਬਣ ਗਿਆ। ਹਾਲੇਲੂਇਆ ਹਾਲੇਲੂਇਆ। ਅਤੇ ਇਸ ਵੇਲੇ ਅਸੀਂ ਸ਼ਬਦ ਪੜ੍ਹਾਂਗੇ, ਕੁਲਸੀਆਂ ਦੇ ਨਾਮ ਪੱਤਰ 5 ਉਸਦੀ 1 ਐਤ ਵਿੱਚ ਕੀ ਲਿਖਿਆ ਹੈ, ਪੜ੍ਹੀਏ। ਮਾਲਕੋ, ਤੁਸੀਂ ਵੀ ਇਸੇ ਤਰ੍ਹਾਂ ਆਪਣੇ ਨੌਕਰਾਂ ਨਾਲ ਨਿਆਂਪੂਰਵਕ ਅਤੇ ਸਾਫ਼ ਵਰਤਾਵ ਕਰੋ, ਇਹ ਜਾਣਦੇ ਹੋਏ ਕਿ ਤੁਹਾਡਾ ਵੀ ਸਵਰਗ ਵਿੱਚ ਇੱਕ ਮਾਲਕ ਹੈ। ਸਵਰਗ ਵਿੱਚ ਸਾਡਾ ਇੱਕ ਮਾਲਿਕ ਹੈ। ਹਾਲੇਲੂਇਆ 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 ਹਾਲੇਲੂਇਆ। ਜੋ ਸਵਰਗ ਵਿੱਚ ਸਾਡਾ ਮਾਲਿਕ ਹੈ ਉਸਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਮੈਂ ਤੁਹਾਡੇ ਲਈ ਪਵਿੱਤਰ ਆਤਮਾ ਕੱਲਾਂਗਾ। ਹਾਲੇਲੂਇਆ 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 ਹਾਲੇਲੂਇਆ। ਇਸ ਲਈ ਵਚਨ ਵਿੱਚ ਲਿਖਿਆ ਹੈ, ਮਸੀਹ ਨੇ ਸਾਨੂੰ ਆ ਕੇ ਆਜ਼ਾਦ ਕੀਤਾ ਹੈ। ਇਸ ਲਈ ਰੋਮੀਆਂ ਦੇ ਨਾਂ ਪੱਤਰ 8 ਉਸਦੀ 2 ਆਇਤ ਵਿੱਚ ਸੁਣਦੇ ਹਾਂ। ਰੋਮੀਆਂ ਦੇ ਨਾਂ ਪੱਤਰ 8 ਉਸਦੀ 2 ਆਇਤ ਅਸੀਂ ਪੜਾਂਗੇ। ਹਾਲੇਲੂਇਆ ਹਾਲੇਲੂਇਆ। ਹਾਂਜੀ ਪੜ੍ਹੀਏ। ਕਿਉਂਕਿ ਆਤਮਾ ਦੇ ਨੇਮ ਨੇ ਜੋ ਯਿਸੂ ਮਸੀਹ ਦੀ ਸੰਗਤ ਵਿੱਚ ਸਾਨੂੰ ਜੀਵਨ ਦਿੰਦਾ ਹੈ। ਜਦੋਂ ਅਸੀਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਹਾਂ ਉਸਤਤ ਮਹਿਮਾ ਕਰਦੇ ਹਾਂ ਤਾਂ ਖੁਦਾ ਦਾ ਵਚਨ ਕਹਿੰਦਾ ਹੈ, ਅੱਗੇ ਸੁਣੀਏ ਕੀ ਲਿਖਿਆ, ਮੈਨੂੰ ਪਾਪ ਅਤੇ ਮੌਤ ਦੇ ਨੇਮ ਤੋਂ ਸੁਤੰਤਰ ਕਰ ਦਿੱਤਾ ਹੈ। ਸੁਤੰਤਰ ਕਰ ਦਿੱਤਾ, ਅਸੀਂ ਆਜ਼ਾਦ ਹੋ ਜਾਂਦੇ ਹਾਂ। ਇਸ ਲਈ ਪਿਆਰਿਓ ਪ੍ਰਭੂ ਦੀ ਉਸਤਤ ਕਰਨਾ ਸ਼ੁਰੂ ਕਰੋ, ਸਾਡੇ ਘਰ ਪ੍ਰਭੂ ਦੀ ਉਸਤਤ ਵਾਲੇ ਘਰ ਬਣ ਜਾਣ, ਸਾਡਾ ਸਰੀਰ ਜੋ ਪਰਮੇਸ਼ਰ ਦਾ ਮੰਦਿਰ ਹੈ ਉਸਤਤ ਵਾਲਾ ਬਣ ਜਾਵੇ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਵਚਨ, ਪ੍ਰਾਰਥਨਾ ਅਤੇ ਉਸਤਤ ਸ਼ੈਤਾਨ ਨੂੰ, ਸ਼ੈਤਾਨ ਦੇ ਕੰਮਾਂ ਨੂੰ ਹਰਾ ਦਿੰਦੀ ਹੈ। ਹਾਲੇਲੂਇਆ 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 ਹਾਲੇਲੂਇਆ। ਅਸੀਂ ਜ਼ਬੂਰ ਪੜਾਂਗੇ, ਜ਼ਬੂਰ 34 ਉਸਦੀ 1 ਆਇਤ ਤੋਂ ਕੀ ਕਹਿੰਦਾ ਹੈ ਖੁਦਾ ਦਾ ਵਚਨ, ਸੁਣੀਏ। ਜ਼ਬੂਰਾਂ ਦੀ ਪੋਥੀ 34 ਉਸਦੀ 1 ਆਇਤ ਤੋਂ ਬੜੇ ਧਿਆਨ ਦੇ ਨਾਲ ਸੁਣੋ। ਸ਼ੁਰੂ ਤੋਂ ਹੀ ਪ੍ਰਭੂ ਦੀ ਉਸਤਤ ਹੁੰਦੀ ਆ ਰਹੀ ਹੈ। ਦਾਊਦ ਨੇ ਪ੍ਰਭੂ ਦੀ ਉਸਤਤ ਕੀਤੀ, ਕਲੀਸੀਆ ਪ੍ਰਭੂ ਦੀ ਉਸਤਤ ਕਰਨ ਵਾਸਤੇ ਬਣਾਈ ਗਈ ਹੈ, ਫਰਿਸ਼ਤੇ ਪ੍ਰਭੂ ਦੀ ਉਸਤਤ ਕਰਨ ਵਾਸਤੇ ਬਣਾਏ ਗਏ ਨੇ, ਅਤੇ ਅਸੀਂ ਜਿਨ੍ਹਾਂ ਦਾ ਬਪਤਿਸਮਾ ਹੋਇਆ ਹੈ, ਜਿੰਨੇ ਵੀ ਇਸ ਵੇਲੇ
ਸਾਡੇ ਨਾਲ ਪ੍ਰਾਰਥਨਾ ਭਵਨ ਟੀਵੀ ਚੈਨਲ ਤੇ ਜੁੜ ਚੁੱਕੇ ਨੇ, ਅਸੀਂ ਵੀ ਪਰਮੇਸ਼ਰ ਦੀ ਆਰਾਧਨਾ ਕਰਨ ਵਾਲੇ ਬਣ ਜਾਈਏ ਤਾਂ ਜੋ ਸ਼ੈਤਾਨ ਹਾਰ ਜਾਵੇ। ਹਾਲੇਲੂਇਆ ਹਾਲੇਲੂਇਆ। ਆਓ ਅਸੀਂ ਵਚਨ ਸੁਣੀਏ। ਮੈਂ ਹਮੇਸ਼ਾ ਪ੍ਰਭੂ ਦਾ ਧੰਨਵਾਦ ਕਰਾਂਗਾ। ਹਾਂ, ਮੈਂ ਹਮੇਸ਼ਾ ਪ੍ਰਭੂ ਦਾ ਧੰਨਵਾਦ ਕਰਾਂਗਾ। ਅੱਗੇ ਮੇਰਾ ਮੂੰਹ ਸਦਾ ਉਸ ਦੀ ਮਹਿਮਾ ਕਰੇਗਾ। ਹਾਂ, ਮੇਰਾ ਮੂੰਹ ਸਦਾ, ਇੱਕ ਟਾਈਮ ਨਹੀਂ, ਇੱਕ ਘੰਟਾ ਨਹੀਂ, ਸਦਾ ਪ੍ਰਭੂ ਦੀ ਉਸਤਤ ਮਹਿਮਾ ਕਰਾਂਗਾ। ਹਾਲੇਲੂਇਆ 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 ਹਾਲੇਲੂਇਆ। ਹਾਂਜੀ, ਅੱਗੇ ਮੇਰਾ ਮਨ ਹਮੇਸ਼ਾ ਉਸ ਦੀ ਵਡਿਆਈ ਕਰੇਗਾ। ਸਾਡਾ ਮਨ ਪ੍ਰਭੂ ਦੀ ਉਸਤਤ ਵਡਿਆਈ ਕਰਦਾ ਰਵੇ, ਸਾਡੇ ਮਨ ਵਿੱਚ ਉਸਤਤ ਵਡਿਆਈ ਚੱਲਦੀ ਰਹੇਗੀ, ਸ਼ੈਤਾਨ ਹਾਰ ਜਾਏਗਾ। ਹਾਲੇਲੂਇਆ ਹਾਲੇਲੂਇਆ। ਹਾਂਜੀ, ਅੱਗੇ ਕਿ ਸਭ ਦੁਖਿਆਰੇ ਇਹ ਸੁਣਨ ਅਤੇ ਆਨੰਦਿਤ ਹੋਣ। ਇਸ ਕਰਕੇ ਅਸੀਂ ਪ੍ਰਾਰਥਨਾ ਭਵਨ ਟੀਵੀ ਚੈਨਲ ਦੇ ਦੁਆਰਾ ਅੱਜ ਪਿਲਾਰ ਸਤਸੰਗ ਟੀਮ ਅੱਜ ਤੁਹਾਡੇ ਨਾਲ ਪ੍ਰਭੂ ਦੇ ਵਚਨ ਦੇ ਦੁਆਰਾ ਉਸਤਤ ਮਹਿਮਾ ਕਰ ਰਹੀ ਹੈ, ਤਾਂ ਜੋ ਜਿੰਨੇ ਵੀ ਦੁਖੀ, ਸ਼ੈਤਾਨ ਦੇ ਜਕੜੇ ਹੋਏ, ਬੰਧਨਾਂ ਵਿੱਚ ਫਸੇ ਹੋਏ ਅੱਜ ਆਜ਼ਾਦ ਕੀਤੇ ਜਾਣ, ਉਹਨਾਂ ਦੇ ਅੰਦਰ ਆਨੰਦ ਦੀ ਆਤਮਾ ਆ ਜਾਵੇ। ਹਾਲੇਲੂਇਆ ਹਾਲੇਲੂਇਆ। ਇਸ ਲਈ ਵਚਨ ਕਹਿੰਦਾ ਹੈ, ਤੀਸਰੀ ਆਇਤ ਵਿੱਚ ਅਸੀਂ ਪੜਾਂਗੇ, ਮੇਰੇ ਨਾਲ ਮਿਲ ਕੇ ਪ੍ਰਭੂ ਦੀ ਉਸਤਤ ਕਰੋ। ਹਾਂ, ਮੇਰੇ ਨਾਲ ਮਿਲ ਕੇ ਪ੍ਰਭੂ ਦੀ ਉਸਤਤ ਕਰੋ। ਹਾਂ, ਜਦੋਂ ਵੀ ਪ੍ਰਾਰਥਨਾ ਭਵਨ ਟੀਵੀ ਚੈਨਲ ਤੇ ਉਸਤਤ ਹੁੰਦੀ ਹੈ, ਆਰਾਧਨਾ ਹੁੰਦੀ ਹੈ, ਤੁਸੀਂ ਸਾਡੇ ਨਾਲ ਮਿਲ ਕੇ ਪ੍ਰਭੂ ਦੀ ਉਸਤਤ ਸਤੁਤੀ ਆਰਾਧਨਾ ਕਰਨੀ ਸ਼ੁਰੂ ਕਰ ਦਿਓ। ਤੁਹਾਡਾ ਘਰ ਪ੍ਰਭੂ ਦੀ ਹਜ਼ੂਰੀ ਦੇ ਨਾਲ ਭਰ ਜਾਏਗਾ, ਕਿਉਂਕਿ ਸਵਰਗ ਵਿੱਚ ਹਮੇਸ਼ਾ ਪ੍ਰਭੂ ਦੀ ਉਸਤਤ ਵਡਿਆਈ ਹੀ ਚੱਲਦੀ ਹੈ ਅਤੇ ਪ੍ਰਭੂ ਦਾ ਸਿੰਘਾਸਨ ਭਰਿਆ ਰਹਿੰਦਾ ਹੈ। ਹਾਲੇਲੂਇਆ ਹਾਲੇਲੂਇਆ। ਤੇ ਫਰਿਸ਼ਤੇ ਹਮੇਸ਼ਾ ਬੋਲਦੇ ਰਹਿੰਦੇ ਨੇ, ਪਾਕ ਪਾਕ ਪਾਕ। ਹਾਲੇਲੂਇਆ 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 ਹਾਲੇਲੂਇਆ। ਇਸ ਲਈ ਤੀਸਰੀ ਆਇਤ ਫਿਰ ਤੋਂ ਪੜਾਂਗੇ। ਸਾਰੇ ਜਣੇ ਬ੍ਰਦਰ ਸਾਹਿਲ ਦੇ ਪਿੱਛੇ ਦੋਨੋਂ ਹੱਥ ਉਤਾਂ ਚੁੱਕ ਕੇ ਇਸੇ ਵਚਨ ਨੂੰ ਪੜੀਏ। ਮੇਰੇ ਨਾਲ ਮਿਲ ਕੇ, ਮੇਰੇ ਨਾਲ ਮਿਲ ਕੇ ਪ੍ਰਭੂ ਦੀ ਉਸਤਤ ਕਰੋ, ਪ੍ਰਭੂ ਦੀ ਉਸਤਤ ਕਰੋ। ਅਸੀਂ ਸਾਰੇ ਮਿਲ ਕੇ, ਅਸੀਂ ਸਾਰੇ ਮਿਲ ਕੇ ਉਸਦੇ ਨਾਂ ਨੂੰ, ਉਸਦੇ ਨਾਂ ਨੂੰ ਉੱਚਾ ਕਰੀਏ, ਉੱਚਾ ਕਰੀਏ। ਜਦੋਂ ਅਸੀਂ ਪਰਮੇਸ਼ਰ ਦੀ ਉਸਤਤ ਵਡਿਆਈ ਕਰਦੇ ਹਾਂ, ਅਸੀਂ ਪਰਮੇਸ਼ਰ ਦੇ ਨਾਮ ਨੂੰ ਉੱਚਾ ਚੁੱਕਦੇ ਹਾਂ। ਹਾਲੇਲੂਇਆ ਹਾਲੇਲੂਇਆ। ਸ਼ੈਤਾਨ ਉਸ ਵੇਲੇ ਪੈਰਾਂ ਦੇ ਥੱਲੇ ਆ ਜਾਂਦਾ ਹੈ। ਹਾਲੇਲੂਇਆ 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 ਹਾਲੇਲੂਇਆ। ਦਾਊਦ ਕਹਿੰਦਾ ਹੈ, ਮੈਂ ਪ੍ਰਭੂ ਨੂੰ ਪੁਕਾਰਿਆ ਅਤੇ ਉਸਨੇ ਮੈਨੂੰ ਉੱਤਰ ਦਿੱਤਾ ਹੈ। ਤੇ ਇਸ ਲਈ ਜਦੋਂ ਤੁਸੀਂ ਆਰਾਧਨਾ ਵਿੱਚ ਪਰਮੇਸ਼ਰ ਨੂੰ ਪੁਕਾਰਦੇ ਹੋ, ਪ੍ਰਭੂ ਸਾਨੂੰ ਉੱਤਰ ਦਿੰਦਾ ਹੈ। ਹਾਲੇਲੂਇਆ 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 ਹਾਲੇਲੂਇਆ। ਮੈਂ ਬੜੀ ਵਾਰੀ ਹਰ ਜਗ੍ਹਾ ਤੇ ਸਤਸੰਗ ਵਿੱਚ ਇਹੀ ਕਹਿੰਦਾ ਹਾਂ, ਜਿਨ੍ਹਾਂ ਦੇ ਘਰ ਪਵਿੱਤਰ ਬਾਈਬਲ ਖੁੱਲੀ ਹੈ ਉਹਨਾਂ ਦੇ ਘਰੇ ਸਵਰਗ ਖੁੱਲ੍ਹਾ ਹੈ। ਅੱਜ ਮੈਂ ਦੱਸਣਾ ਚਾਹੁੰਦਾ, ਜਿਨ੍ਹਾਂ ਦਾ ਮੂੰਹ ਉਸਤਤ ਮਹਿਮਾ ਦੇ ਲਈ ਖੁੱਲ੍ਹ ਜਾਂਦਾ ਹੈ, ਉਹਨਾਂ ਦਾ ਦਿਲ, ਉਹਨਾਂ ਦਾ ਮਨ, ਉਹਨਾਂ ਦਾ ਸਰੀਰ ਪਰਮੇਸ਼ਰ ਦਾ ਮੰਦਰ ਬਣ ਜਾਂਦਾ ਹੈ। ਹਾਲੇਲੂਇਆ 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 ਹਾਲੇਲੂਇਆ। ਇਸ ਲਈ ਪਿਆਰਿਓ, ਪ੍ਰਭੂ ਦੀ ਆਰਾਧਨਾ ਸ਼ੁਰੂ ਕਰ ਦਿਓ। ਤੁਹਾਡਾ ਘਰ ਪ੍ਰਾਰਥਨਾ ਘਰ ਬਣ ਜਾਏ, ਤੁਹਾਡਾ ਸਰੀਰ ਪਰਮੇਸ਼ਰ ਦਾ ਮੰਦਰ ਬਣ ਜਾਏ। ਅੱਜ ਅਸੀਂ ਟੈਨਸ਼ਨਾਂ ਵਿੱਚ ਫਸੇ ਹੋਏ ਹਾਂ, ਦੁੱਖਾਂ ਦੇ ਵਿੱਚ ਫਸੇ ਹੋਏ ਹਾਂ। ਅੱਜ ਸਭ ਤੋਂ ਵੱਡੀ ਬਿਮਾਰੀ ਹੈ ਟੈਨਸ਼ਨ। ਇੱਕ ਦਿਨ ਇੱਕ ਆਦਮੀ ਡਾਕਟਰ ਕੋਲ ਗਿਆ। ਡਾਕਟਰ ਕੋਲ ਜਾਣ ਤੋਂ ਪਹਿਲਾਂ ਉਸਨੇ ਆਪਣੀ MRI, CT ਸਕੈਨਿੰਗ ਸਭ ਕੁਝ ਕੀਤਾ। ਡਾਕਟਰ ਨੇ ਉਸਦੀ ਰਿਪੋਰਟ ਦੇਖ ਕੇ ਦੱਸਿਆ, ਤੈਨੂੰ ਕੋਈ ਬਿਮਾਰੀ ਨਹੀਂ ਹੈ।
ਤੇ ਡਾਕਟਰ ਕਹਿੰਦੇ ਬਸ ਇੱਕ ਬਿਮਾਰੀ ਹੈ, ਉਹ ਹੈ ਤੈਨੂੰ ਟੈਨਸ਼ਨ ਟੈਨਸ਼ਨ। ਤੇ ਡਾਕਟਰ ਨੇ ਉਸ ਆਦਮੀ ਨੂੰ ਦੱਸਿਆ ਤੂੰ ਅੱਜ ਤੋਂ ਘਰ ਵਿੱਚ ਟੈਨਸ਼ਨ ਦੇ ਨਾਲ ਨਹੀਂ ਜਾਣਾ। ਤੇ ਉਹ ਬੰਦਾ ਆਪਣੀ ਘਰਵਾਲੀ ਵੱਲ ਵੇਖਦਾ ਹੈ, ਕਹਿੰਦਾ ਇਹ ਸਭ ਤੋਂ ਵੱਡੀ ਟੈਨਸ਼ਨ ਹੈ। ਸੋ ਪਿਆਰਿਓ, ਅਸੀਂ ਇੱਕ ਦੂਜੇ ਦੇ ਲਈ ਟੈਨਸ਼ਨ ਨਹੀਂ ਹਾਂ। ਜਦੋਂ ਅਸੀਂ ਉਸਤਤ ਵਡਿਆਈ ਨਹੀਂ ਕਰਦੇ ਸਾਨੂੰ ਸਾਰੇ ਟੈਨਸ਼ਨ ਲੱਗਦੇ ਨੇ। ਹਾਲੇਲੂਇਆ 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 ਹਾਲੇਲੂਇਆ। ਇਸ ਲਈ ਪਰਿਵਾਰ ਵਿੱਚ ਬੈਠ ਕੇ ਮਾਤਾ ਪਿਤਾ ਨੇ ਪਹਿਲਾਂ ਆਰਾਧਨਾ ਕਰਨੀ ਹੈ। ਵਚਨ ਵਿੱਚ ਲਿਖਿਆ ਹੈ ਜਿੱਥੇ ਦੋ ਜਣੇ ਮਿਲ ਕੇ, ਮਤੀ ਦੀ ਅੰਜੀਲ 18:20 ਆਇਤ ਵਿੱਚ ਲਿਖਿਆ ਹੈ, ਜਿੱਥੇ ਦੋ ਜਣੇ ਮਿਲ ਕੇ ਪਰਮੇਸ਼ਰ ਦੀ ਉਸਤਤ ਵਡਿਆਈ ਕਰਦੇ ਨੇ ਉਹਨਾਂ ਵਿੱਚ ਪਰਮੇਸ਼ਰ ਦੀ ਹਜ਼ੂਰੀ ਆ ਜਾਂਦੀ ਹੈ। ਅੱਗੇ ਵਚਨ ਵਿੱਚ ਲਿਖਿਆ ਜਿੱਥੇ ਦੋ ਜਾਂ ਤਿੰਨ, ਦੋ ਮਤਲਬ ਪਤੀ ਪਤਨੀ ਅਤੇ ਤਿੰਨ ਮਤਲਬ ਉਹਨਾਂ ਦੇ ਬੱਚੇ। ਇਸ ਲਈ ਆਓ ਸਾਰੇ ਜਣੇ ਖੜ੍ਹੇ ਹੋ ਕੇ ਸਾਡੇ ਨਾਲ ਪਰਮੇਸ਼ਵਰ ਦੀ ਉਸਤਤ ਵਡਿਆਈ ਕਰੋ। ਉਸਤਤ ਵਡਿਆਈ ਬਿਨਾਂ ਪਵਿੱਤਰ ਆਤਮਾ ਤੋਂ ਨਹੀਂ ਹੋ ਸਕਦੀ, ਜਦੋਂ ਤੱਕ ਸਾਨੂੰ ਪਵਿੱਤਰ ਆਤਮਾ ਮਦਦ ਨਾ ਕਰੇ। ਇਸ ਲਈ ਪਵਿੱਤਰ ਆਤਮਾ ਦੀ ਮਦਦ ਮੰਗੋ, ਪਵਿੱਤਰ ਆਤਮਾ ਦੀ ਮਦਦ ਮੰਗੋ। ਜਦੋਂ ਪੌਲਸ ਤੇ ਸਿਲਾਸ ਨੇ ਜੇਲ੍ਹ ਦੇ ਵਿੱਚ ਪਵਿੱਤਰ ਆਤਮਾ ਦੇ ਨਾਲ ਭਰ ਕੇ ਆਰਾਧਨਾ ਸ਼ੁਰੂ ਕਰ ਦਿੱਤੀ, ਬੰਧਨ ਟੁੱਟ ਗਏ। ਆਮੀਨ। ਬੰਧਨ ਟੁੱਟ ਗਏ। ਆਮੀਨ। ਅੱਜ ਜਦੋਂ ਤੁਸੀਂ ਸਾਡੇ ਨਾਲ ਮਿਲ ਕੇ ਪਵਿੱਤਰ ਆਤਮਾ ਦੇ ਇਸ ਭਜਨ ਦੇ ਰਾਹੀਂ, ਆਪ ਪਵਿੱਤਰ ਆਤਮਾ ਹਮਾਰੇ ਜੀਵ ਵਿੱਚ ਮੇ, ਹਮਾਰੇ ਜੀਵਨ ਮੇ, ਹਮਾਰੇ ਪਰਿਵਾਰ ਮੇ, ਤੋ ਪਿਆਰਿਓ ਤੁਹਾਡੇ ਬੰਧਨ ਟੁੱਟ ਜਾਣਗੇ। ਹਾਲੇਲੂਇਆ ਹਾਲੇਲੂਇਆ। ਇਸ ਲਈ ਸਾਰੇ ਜਣੇ ਖੜ੍ਹੇ ਹੋ ਜਾਈਏ ਅਤੇ ਆਪਣੇ ਘਰ ਦੇ ਵਿੱਚ ਪਵਿੱਤਰ ਆਤਮਾ ਨੂੰ ਪੁਕਾਰੀਏ। ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਪਵਿੱਤਰ ਆਤਮਾ ਦਾ ਪਿੰਤਕੋਸ ਦਾ ਤਿਉਹਾਰ ਮਨਾਉਣ ਜਾ ਰਹੇ ਹਾਂ। ਜਿਸ ਵੇਲੇ ਅਸੀਂ ਯਾਦ ਕਰਦੇ ਹਾਂ ਕਲੀਸੀਆ ਦਾ ਜਨਮ ਦਿਨ, ਕਲੀਸੀਆ ਦੇ ਉੱਤੇ ਪਵਿੱਤਰ ਆਤਮਾ ਉਤਰਿਆ, ਅੱਜ ਸਾਡੇ ਉੱਤੇ ਵੀ, ਸਾਡੇ ਘਰ ਦੇ ਵਿੱਚ ਵੀ ਪਵਿੱਤਰ ਆਤਮਾ ਉਤਰ ਆਵੇ। ਬੋਲੋ ਆਮੇਨ। ਹੱਲੇਲੂਇਆ 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 ਹੱਲੇਲੂਇਆ। ਇਸ ਲਈ ਪਿਆਰਿਓ ਆਓ ਸਾਰੇ ਮਿਲ ਕੇ, ਸਾਡੀ ਟੀਮ ਦੇ ਨਾਲ ਮਿਲ ਕੇ, ਬ੍ਰਦਰ ਰੋਮਸ ਦੇ ਨਾਲ ਮਿਲ ਕੇ, ਬ੍ਰਦਰ ਸਾਹਿਲ ਅਤੇ ਬ੍ਰਦਰ ਲੇਵੀ ਦੇ ਨਾਲ ਮਿਲ ਕੇ ਖੁਦਾ ਦੀ ਉਸਤਤ ਵਡਿਆਈ ਕਰੋ, ਤਾਂ ਜੋ ਖੁਦਾ ਦਾ ਆਤਮਾ ਤੁਹਾਡੇ ਉੱਤੇ ਉਤਰ ਆਵੇ। ਜਿਸ ਤਰ੍ਹਾਂ ਇਹਨਾਂ ਨੌਜਵਾਨਾਂ ਦੇ ਅੰਦਰ ਖੁਦਾ ਦਾ ਆਤਮਾ ਹੈ, ਉਹ ਸਾਡੇ ਵੀ ਨੌਜਵਾਨਾਂ ਦੇ ਵਿੱਚ ਆ ਜਾਵੇ। ਹੱਲੇਲੂਇਆ 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 ਹੱਲੇਲੂਇਆ। ਸਾਰੇ ਮਿਲ ਕੇ ਪ੍ਰਾਰਥਨਾ ਕਰੋ ਕਿ ਅਸੀਂ ਪਵਿੱਤਰ ਆਤਮਾ ਦੇ ਨਾਲ ਭਰੇ ਹੋਏ ਇਨਸਾਨ ਬਣ ਜਾਈਏ, ਕਿਉਂਕਿ ਇਹ ਪਵਿੱਤਰ ਆਤਮਾ ਦਾ ਯੁੱਗ ਹੈ, ਇਹ ਪਵਿੱਤਰ ਆਤਮਾ ਦਾ ਸਮਾਂ ਹੈ। ਖੁਦਾ ਬਾਪ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਨਾਲ ਬੋਲਦਾ ਸੀ, ਅੰਤਿਮ ਦਿਨਾਂ ਦੇ ਵਿੱਚ ਉਹ ਸਾਡੇ ਨਾਲ ਆਪਣੇ ਪੁੱਤਰ ਦੇ ਰਾਹੀਂ ਬੋਲਿਆ, ਅਤੇ ਪੁੱਤਰ ਨੇ ਕਿਹਾ ਉਹ ਸਮਾਂ ਆਏਗਾ ਜਦੋਂ ਮੈਂ ਆਤਮਾ ਦੇ ਰਾਹੀਂ ਤੁਹਾਡੇ ਨਾਲ ਗੱਲਾਂ ਕਰਾਂਗਾ। ਹੱਲੇਲੂਇਆ ਹੱਲੇਲੂਇਆ ਹੱਲੇਲੂਇਆ। ਆਓ ਸਾਰੇ ਜਣੇ ਅੱਖਾਂ ਨੂੰ ਬੰਦ ਕਰੀਏ, ਆਪਣੇ ਦੋਨੋਂ ਹੱਥ ਉੱਪਰ ਉਠਾ ਕੇ ਪਵਿੱਤਰ ਆਤਮਾ ਦੇ ਅੱਗੇ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਇਸ ਭਜਨ ਦੇ ਦੁਆਰਾ, ਕਿਉਂਕਿ ਭਜਨ ਗਾਉਣਾ ਉਸਤਤ ਮਹਿਮਾ ਹੈ। ਪਵਿੱਤਰ ਆਤਮਾ ਹਮਾਰੇ ਬੀਚ ਮੇ
से गाएं। आप पवित्र आत्मा ਮਦਦਗਾਰ ਭੇਜਾਂਗਾ ਉਸ ਦੂਸਰੇ ਮਦਦਗਾਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬੁਲਾਈਏ ਆਪਣੀ ਆਤਮਾ ਦੇ ਲਈ ਪੁਕਾਰਦੇ ਹੋਏ ਆ ਪਵਿੱਤਰ ਆਤਮਾ ਮੇਰੇ ਜੀਵਨ ਮੇ ਆ ਜਾਈਏ ਆ ਪਵਿੱਤਰ ਆਤਮਾ ਤੂੰ ਆ ਹਮਾਰੇ ਵਿੱਚ ਮੇ ਇਸ ਗਾਏ जाते हुए प्रभु की सत्य महिमा करें ताकि आपके ऊपर पवित्र आत्मा उतराए आप पवित्र आत्मा के बेटे बेटियां बन जाएं। हालेलुया यीशु नासरी अपना वरदान दीजिए आप पवित्र आत्मा तू आ हमारे बीच में आप पवित्र आत्मा में आप पवित्र आत्मा तू आ हमारे बीच में आप पवित्र आत्मा तू आ हमारे बीच में अब तुझको पुकारते हैं तू आ हमारे बीच में हम तुझको पुकारते हैं अपनी कर दे तुम विषय अप
जुम्बश अपनी कर दे, जुम्बश अपनी कर दे। हम हाथ उठाते हैं दुआ हमारे बीच में, हम हाथ उठाते हैं दुआ हमारे बीच में। राहों में मेरे आगे तू चलना, अगवाही तू करना, अगवाही तू करना, अगवाही तू करना। राहों में मेरे आगे तू चलना, अगवाही तू करना, अगवाही तू करना, अगवाही तू करना। सदा तुझ में ही बढ़ते जाए तू आ हमारे बीच में, आ जाइए। सदा तुझ में ही बढ़ते जाए तू आ हमारे बीच में। आ पवित्र आत्मा तू आ हमारे बीच में, हमारे बीच में आप पवित्र आत्मा दुआ हमारे बीच में, आप पवित्र आत्मा दुआ हमारे बीच में, आप पवित्र आत्मा Mighty Jesus, we glorify you, we adore you, we worship you. हमारे बीच में आप पवित्र आत्मा दुआ हमारे बीच में, आप पवित्र आत्मा दुआ हमारे बीच में। हालेलुया 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 हालेलुया, यीशु तेरा धन्यवाद। हालेलुया यीशु तेरी आराधना, तेरी आराधना आज प्रभु यीशु, तेरी आराधना करने वाले दे करां दे विच सारे बंधन टुट जाण, सारे शैतानी ताकतां दा नाश कीता जावे, क्योंकि तुहाडे अंदर वो आत्मा है जो शैतान नूं तोड़ दिंदी है। हालेलुया 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 हालेलुया, दिल से बोलते हुए हमारे बीच में Hallelujah, 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 Hallelujah
glory. Glory Jesus. Glory mighty name of Jesus. Hallelujah, 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 hallelujah. Hallelujah, Yesu teri aaradhana, aaradhana. Hallelujah, hallelujah, hallelujah. Hallelujah, hallelujah, hallelujah. दोनों हाथ ही लाते हुए पवित्र आत्मा तू हमारे बीच में, दोनों हाथ लहराते हुए ताँ जो तुहाडा घर पवित्र आत्मा दे नाल भर जाए ते दिल से बोलिए पवित्र आत्मा तू हमारे बीच में, पूरी शक्ति दे नाल बोलिए विश्वास नाल बोलिए पवित्र आत्मा तू हमारे बीच में, प्रभु दे बेटे अते बेटियां बन के बोलिए पवित्र आत्मा तू हमारे बीच में। हालेलुया, 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 हालेलुया। बोलो यीशु मसीह की जय, यीशु मसीह की जय, यीशु मसीह की जय। हालेलुया, हालेलुया। सो पवित्र आत्मा का धन्यवाद करते हैं जिन्होंने इस आराधना दे विच प्रभु की उस्तत महिमा दे विच भाग लिया है। मैं विश्वास नाल कहिंदा हां तुहाडे घर विच पवित्र आत्मा आ चुकिया है, तुहाडा दिल पवित्र आत्मा दा मंदिर बन चुकिया है, तुहाडे जो कम अधूरे ने वो अज पूरे होने जा रहे ने। तुसी पवित्र आत्मा नूं स्वीकार करो, तुहाडे शरीर दे अंदरों कोई भी गिल्टी कोई भी रसौली है यीशु दे नां विच गायब हो जाएगी। प्रभु दा वचन कहिंदा है तुहाडे अंदर जेकर राई दे बीज जिन्ना भी विश्वास है तुसी पत्थरां नूं हिला दोगे, तुहाडे शरीर दे अंदर जेकर छोटी जिही पत्री है अज यीशु दे नां विच टुट जाए। हालेलुया, 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 हालेलुया। इसलिए प्यारे हो हुण असीं वचन सुनन जा रहे हां क्योंकि वचन दे द्वारा ही परमेश्वर ने सारी दुनिया की रचना की। वचन दे द्वारा ही प्रभु यीशु मसीह इंसान बन के आया अते वचन ही है अज साडे कोल जो सानू मुक्ति देंदा है। हालेलुया, 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 हालेलुया। इसलिए सब तो पहला सानू पता होना चाहिदा है ये वचन किस दा है, ये आराधना किस दी हो रही है, ये गीत भजन किस दे गाए जा रहे ने। अते वचन सानू सिखाउंदा है यीशु कहंदे ने मेरे कोलो सिखो क्योंकि मैं दिल दा कोमल अते मन दा हलीम अते तुसी अपने जीआं दे विच आराम पाओगे।
ਯਹੂਨਾ ਦੀ ਅੰਜੀਲ 6:35 ਆਇਤ ਵਿੱਚ ਪ੍ਰਭੂ ਦਾ ਵਚਨ ਕਹਿੰਦਾ ਹੈ, ਮੈਂ ਜੀਵਨ ਦੀ ਰੋਟੀ ਹਾਂ। ਹਾਲੇਲੂਇਆ 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 ਹਾਲੇਲੂਇਆ। 51 ਆਇਤ ਵਿੱਚ ਲਿਖਿਆ ਹੈ, ਇਹ ਉਹ ਰੋਟੀ ਹੈ ਜੋ ਸਵਰਗ ਤੋਂ ਉਤਰੀ ਹੈ। ਹਾਲੇਲੂਇਆ 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 ਹਾਲੇਲੂਇਆ। ਯਹੂਨਾ ਦੀ ਅੰਜੀਲ 8:12 ਉਸਦੀ 12 ਆਇਤ ਵਿੱਚ ਲਿਖਿਆ ਹੈ, ਸੰਸਾਰ ਦਾ ਜਗਤ ਦਾ ਚਾਨਣ ਨੂਰ ਮੈਂ ਹਾਂ। ਹਾਲੇਲੂਇਆ 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 ਹਾਲੇਲੂਇਆ। ਪ੍ਰਭੂ ਯੇਸ਼ੂ ਕਹਿੰਦੇ ਨੇ ਦਰਵਾਜ਼ਾ ਮੈਂ ਹਾਂ। ਅਸੀਂ ਅੱਜ ਯੇਸ਼ੂ ਮਸੀਹ ਦੇ ਦੁਆਰਾ ਹੀ ਮੁਕਤੀ ਅਤੇ ਪਵਿੱਤਰ ਆਤਮਾ ਪਾ ਸਕਦੇ ਹਾਂ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਯੇਸ਼ੂ ਨੇ ਕਿੰਨੇ ਵਾਰੀ ਕਿਹਾ, ਆਜ ਚੰਗਾ ਅਜਾਲੀ ਮੈਂ ਹਾਂ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਯੇਸ਼ੂ ਕਹਿੰਦੇ ਨੇ ਮੈਂ ਪਰਮੇਸ਼ਰ ਦਾ ਪੁੱਤਰ ਹਾਂ, ਮੈਂ ਅਤੇ ਪਿਤਾ ਇੱਕ ਹਾਂ। ਹਾਲੇਲੂਇਆ 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 ਹਾਲੇਲੂਇਆ। ਯੇਸ਼ੂ ਯੋਹਨਾ ਦੀ ਅੰਜੀਲ 11:25 ਆਇਤ ਵਿੱਚ ਕਹਿੰਦੇ ਨੇ, ਮੈਂ ਹੀ ਪੁਨਰੁਥਾਨ ਅਤੇ ਜੀਵਨ ਹਾਂ। ਹਾਲੇਲੂਇਆ 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 ਹਾਲੇਲੂਇਆ। ਯੋਹਨਾ ਦੀ ਅੰਜੀਲ 11:6 ਆਇਤ ਵਿੱਚ ਲਿਖਿਆ ਹੈ, ਮੈਂ ਹੀ ਰਾਹ ਸੱਤ ਅਤੇ ਜੀਵਨ ਹਾਂ। ਹਾਲੇਲੂਇਆ 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 ਹਾਲੇਲੂਇਆ। ਅੰਗੂਰ ਦੀ ਵੇਲ ਮੈਂ ਹਾਂ। ਹਾਲੇਲੂਇਆ 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 ਹਾਲੇਲੂਇਆ। ਅਲਫਾ ਤੇ ਓਮੇਗਾ ਯੇਸ਼ੂ ਹੈ। ਹਾਲੇਲੂਇਆ 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 ਹਾਲੇਲੂਇਆ। ਯੇਸ਼ੂ ਦਾਊਦ ਦੀ ਜੜ ਹੈ। ਹਾਲੇਲੂਇਆ ਹਾਲੇਲੂਇਆ ਯਾਨੀ ਕਿ ਅੰਸ਼ ਹੈ। ਹਾਲੇਲੂਇਆ 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 ਹਾਲੇਲੂਇਆ। ਸਾਡਾ ਪ੍ਰਭੂ ਹੀ ਸਵੇਰ ਦਾ ਤਾਰਾ ਹੈ। ਹਾਲੇਲੂਇਆ 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 ਹਾਲੇਲੂਇਆ। ਇਸ ਲਈ ਪਿਆਰਿਓ, ਬਹੁਤ ਵਾਰ ਅਸੀਂ ਜਾਣਦੇ ਨਹੀਂ ਆ ਅਸੀਂ ਕਿਸ ਦੀ ਆਰਾਧਨਾ ਕਰੀਏ। ਮੈਂ ਤੁਹਾਡੇ ਸਾਹਮਣੇ ਕਿੰਨੇ ਵਚਨ ਰੱਖੇ ਨੇ, ਇਹ ਸਾਰੇ ਸਾਨੂੰ ਦੱਸਦੇ ਨੇ ਅਸੀਂ ਪ੍ਰਭੂ ਪਰਮੇਸ਼ਰ ਦੇ ਹਾਂ। ਹਾਲੇਲੂਇਆ 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 ਹਾਲੇਲੂਇਆ। ਇੱਕ ਦਿਨ ਮੈਂ ਬੱਚਿਆਂ ਨੂੰ ਸਵਾਲ ਪੁੱਛਿਆ, ਬੱਚਿਓ ਅਮੈਰੀਕਾ ਦੇ ਰਾਸ਼ਟਰਪਤੀ ਦਾ ਨਾਮ ਕੀ ਹੈ? ਸਾਰਿਆਂ ਨੇ ਹੱਥ ਖੜਾ ਕੀਤਾ। ਮੈਂ ਉਹਨਾਂ ਨੂੰ ਦੱਸਿਆ, ਤੁਸੀਂ ਅਮੈਰੀਕਾ ਦੇ ਰਾਸ਼ਟਰਪਤੀ ਦਾ ਨਾਮ ਜਾਣਦੇ? ਹਾਲੇਲੂਇਆ। ਕੀ ਅਮੈਰੀਕਾ ਦਾ ਰਾਸ਼ਟਰਪਤੀ ਤੁਹਾਨੂੰ ਜਾਣਦਾ? ਸਾਰੇ ਕਹਿੰਦੇ ਨਹੀਂ ਜਾਣਦਾ, ਉਹਨੂੰ ਪਤਾ ਵੀ ਨਹੀਂ ਹੈ ਤੁਸੀਂ ਭਾਰਤ ਵਿੱਚ ਬੈਠੇ, ਪੰਜਾਬ ਵਿੱਚ ਬੈਠੇ, ਜਾਂ ਤੁਸੀਂ ਪ੍ਰਾਰਥਨਾ ਭਵਨ ਟੀਵੀ ਦੇਖ ਰਹੇ। ਪਰ ਤੁਸੀਂ ਪ੍ਰਾਰਥਨਾ ਭਵਨ ਟੀਵੀ ਦੇਖਣ ਵਾਲੇ ਵੀ ਜਾਣਦੇ ਰਾਸ਼ਟਰਪਤੀ ਕੌਣ ਹੈ? ਹਾਲੇਲੂਇਆ ਹਾਲੇਲੂਇਆ। ਤੋ ਸਾਡਾ ਪ੍ਰਭੂ ਜਿਸ ਦੀ ਅਸੀਂ ਆਰਾਧਨਾ ਕਰਦੇ ਹਾਂ, ਵਚਨ ਕਹਿੰਦਾ ਹੈ ਮੈਂ ਤੁਹਾਡਾ ਨਾਮ ਹੱਥਾਂ ਤੇ ਲਿਖਿਆ ਹੈ, ਹਥੇਲੀਆਂ ਤੇ ਲਿਖਿਆ ਹੈ। ਵਚਨ ਕਹਿੰਦਾ ਹੈ ਮੈਂ ਤੁਹਾਡੇ ਸਿਰ ਦਾ ਇੱਕ ਇੱਕ ਵਾਲ ਵੀ ਗਿਣਿਆ ਹੈ। ਹਾਲੇਲੂਇਆ 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 ਹਾਲੇਲੂਇਆ। ਤੇ ਵਚਨ ਵਿੱਚ ਇਹ ਵੀ ਲਿਖਿਆ ਹੈ ਜੋ ਵਿਸ਼ਵਾਸ ਕਰਦਾ ਹੈ ਕਿ ਪ੍ਰਭੂ ਯੇਸੂ ਮਸੀਹ ਪਰਮੇਸ਼ਰ ਦਾ ਪੁੱਤਰ ਹੈ ਉਹ ਜਿੱਤ ਪਾਏਗਾ। ਹਾਲੇਲੂਇਆ ਹਾਲੇਲੂਇਆ। ਇਸ ਲਈ ਪਿਆਰਿਓ, ਪ੍ਰਭੂ ਦੇ ਬੇਟੇ ਬੇਟੀਆਂ ਬਣ ਕੇ ਇਸ ਵੇਲੇ ਆਰਾਮ ਦੇ ਨਾਲ ਆਪਣੀ ਬਾਈਬਲ ਲੈ ਕੇ ਵਚਨ ਪੜ੍ਹਨਾ ਸ਼ੁਰੂ ਕਰੋ, ਸਤਸੰਗ ਕਰਨੀ ਸ਼ੁਰੂ ਕਰੋ, ਵਚਨ ਦੇ ਨਾਲ ਜੁੜ ਜਾਓ। ਹਾਲੇਲੂਇਆ ਹਾਲੇਲੂਇਆ। ਕਿ ਵਚਨ ਵਿੱਚ ਸਾਫ਼ ਲਿਖਿਆ ਹੈ ਜਿਹੜੀ ਟਾਹਣੀ ਮੇਰੇ ਨਾਲ ਜੁੜੀ ਹੈ ਉਹ ਫਲਦਾਇਕ ਹੋਏਗੀ। ਮੈਂ ਹਮੇਸ਼ਾ ਇਹ ਕਹਿੰਦਾ ਜਿਨ੍ਹਾਂ ਦੇ ਘਰੇ ਬਾਈਬਲ ਖੁੱਲ੍ਹੀ ਹੈ ਸਵਰਗ ਖੁੱਲ੍ਹਾ ਹੈ। ਮੈਂ ਹਮੇਸ਼ਾ ਇਹੀ ਦੱਸਿਆ ਜੋ ਪ੍ਰਾਰਥਨਾ ਕਰਦੇ ਨੇ ਉਹ ਖੁਦਾ ਦੇ ਨਾਲ ਬੋਲਦੇ ਨੇ, ਤੇ ਉਹਦੇ ਨਾਲ ਮੈਂ ਦੱਸਿਆ ਜੋ ਬਾਈਬਲ ਪੜ੍ਹ ਕੇ ਪ੍ਰਭੂ ਦੀ ਆਰਾਧਨਾ ਕਰਦੇ ਨੇ ਖੁਦਾ ਉਹਨਾਂ ਦੇ ਨਾਲ ਬੋਲਦਾ ਹੈ। ਹਾਲੇਲੂਇਆ 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 ਹਾਲੇਲੂਇਆ। ਇਹ ਸਮਾਂ ਹੈ ਪ੍ਰਭੂ ਸਾਡੇ ਨਾਲ ਬੋਲਣ ਜਾ ਰਿਹਾ ਹੈ। ਬੋਲੋ ਆਮੀਨ 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 ਆਮੀਨ। ਹਾਲੇਲੂਇਆ 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 ਹਾਲੇਲੂਇਆ। ਇਸ ਲਈ ਪਿਆਰਿਓ,
ਅੱਜ ਦਾ ਜੋ ਵਚਨ ਹੈ ਸਾਨੂੰ ਇਹ ਦੱਸਦਾ ਹੈ, ਜਦੋਂ ਤੁਸੀਂ ਵਚਨ ਪੜੋਗੇ, ਜਦੋਂ ਤੁਸੀਂ ਪ੍ਰਾਰਥਨਾ ਕਰੋਗੇ, ਜਦੋਂ ਤੁਸੀਂ ਖੁਦਾ ਦੀ ਪੂਰੇ ਜਸ਼ਨ ਦੇ ਨਾਲ ਉਸਤਤ ਮਹਿਮਾ ਵਡਿਆਈ ਕਰੋਗੇ, ਸ਼ੈਤਾਨ ਹਾਰ ਜਾਏਗਾ, ਸ਼ੈਤਾਨ ਹਾਰ ਜਾਏਗਾ। ਅੱਜ ਬਹੁਤ ਵਾਰ ਅਸੀਂ ਹਾਰ ਰਹੇ ਹਾਂ। ਮੈਂ ਬਹੁਤ ਸਾਰਿਆਂ ਨੂੰ ਕਹਿੰਦਾ, ਜਦੋਂ ਕੋਈ ਵੀ ਮੇਰੇ ਕੋਲ ਪ੍ਰਾਰਥਨਾ ਦੇ ਲਈ ਆਉਂਦਾ, ਕਹਿੰਦਾ ਬ੍ਰਦਰ ਜੀ ਅਸੀਂ ਬੜੀ ਪ੍ਰਾਰਥਨਾ ਕੀਤੀ, ਸਾਨੂੰ ਉੱਤਰ ਨਹੀਂ ਮਿਲ ਰਿਹਾ, ਮੈਂ ਬੜੀ ਕੋਸ਼ਿਸ਼ ਕੀਤੀ, ਮੈਂ ਕਾਮਯਾਬ ਨਹੀਂ ਹੋਇਆ। ਇੱਕੋ ਹੀ ਸਵਾਲ ਪੁੱਛਦਾ, ਆਰਾਧਨਾ ਕਰਦੇ? ਨਹੀਂ। ਆਰਾਧਨਾ ਸਤੁਤੀ ਮਹਿਮਾ ਬੰਧਨ ਤੋੜਦੀ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਸ ਲਈ ਯੋਹੰਨਾ ਦੀ ਅੰਜੀਲ 16 ਬਾਬ ਉਸਦੀ 33 ਆਇਤ ਅਸੀਂ ਪੜਾਂਗੇ। ਯੋਹੰਨਾ ਦੀ ਅੰਜੀਲ 16 ਬਾਬ 33 ਆਇਤ, ਹਾਂਜੀ ਪੜੀਏ। ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ। ਹਾਂ, ਪ੍ਰਭੂ ਯੇਸ਼ੂ ਆਪਣੇ ਬੱਚਿਆਂ ਨੂੰ ਦੱਸ ਰਹੇ ਨੇ, ਕਹਿੰਦੇ ਨੇ ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਨੇ। ਮੈਂ ਤੁਹਾਨੂੰ ਕੀ ਕਿਹਾ ਸੀ? ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ, ਖੁਦਾਵੰਦ ਯਿਸੂ ਮਸੀਹ ਸਾਡੇ ਨਾਲ ਗੱਲ ਕਰਦੇ ਨੇ, ਅਤੇ ਕਲਾਮ ਕਹਿੰਦਾ ਹੈ ਮੈਂ ਤੁਹਾਡੇ ਨਾਲ ਗੱਲਾਂ ਕੀਤੀਆਂ। ਹਾਂਜੀ, ਅੱਗੇ ਪੜ੍ਹੀਏ। ਕਿ ਤੁਸੀਂ ਮੇਰੇ ਵਿੱਚ ਸ਼ਾਂਤੀ ਪਾਓ। ਹਾਂ, ਤੁਸੀਂ ਮੇਰੇ ਵਿੱਚ ਸ਼ਾਂਤੀ ਪਾਓ। ਹਾਲੇਲੂਇਆ, ਹਾਲੇਲੂਇਆ। ਹਾਂਜੀ, ਸੰਸਾਰ ਵਿੱਚ ਤੁਸੀਂ ਦੁੱਖ ਪਾਓਗੇ, ਸੰਸਾਰ ਵਿੱਚ ਦੁੱਖ ਪਾਓਗੇ, ਮੇਰੇ ਵਿੱਚ ਸ਼ਾਂਤੀ ਪਾਓਗੇ। ਹਾਲੇਲੂਇਆ, ਹਾਲੇਲੂਇਆ। ਹਾਂਜੀ, ਅੱਗੇ। ਪਰ ਹੌਸਲਾ ਰੱਖੋ। ਹਾਂ, ਹੌਸਲਾ ਰੱਖੋ, ਹੌਸਲਾ ਰੱਖੋ ਪਿਆਰਿਓ, ਪ੍ਰਭੂ ਤੇ ਵਿਸ਼ਵਾਸ ਰੱਖੋ। ਹਾਂਜੀ, ਮੈਂ ਸੰਸਾਰ ਨੂੰ ਜਿੱਤ ਲਿਆ ਹੈ। ਮੈਂ ਸੰਸਾਰ ਨੂੰ ਜਿੱਤ ਲਿਆ ਹੈ। ਜਿਸ ਨੇ ਸੰਸਾਰ ਨੂੰ ਜਿੱਤਿਆ ਹੈ, ਜੇਕਰ ਅਸੀਂ ਉਹਦੀ ਆਰਾਧਨਾ ਕਰਾਂਗੇ, ਅਸੀਂ ਵੀ ਜਿੱਤ ਜਾਵਾਂਗੇ। ਆਮੀਨ। ਜ਼ੋਰ ਸੇ ਬੋਲੀਏ, ਆਮੀਨ। ਜੇਕਰ ਵਿਸ਼ਵਾਸ ਕਰਦੇ ਹੋ ਤਾਂ ਜ਼ਰੂਰ ਅਸੀਂ ਜਿੱਤ ਪਾਵਾਂਗੇ। ਹਾਲੇਲੂਇਆ, ਹਾਲੇਲੂਇਆ। ਵਿਵਸਥਾ ਸਾਰ ਦਾ ਗ੍ਰੰਥ 20 ਬਾਬ ਉਸਦੀ 4 ਆਇਤ ਵਿੱਚ ਅਸੀਂ ਪੜ੍ਹਨ ਜਾ ਰਹੇ ਹਾਂ। ਤੁਹਾਡਾ ਪਰਮੇਸ਼ਰ, ਮੇਰਾ ਪਰਮੇਸ਼ਰ, ਜਿਸ ਦੇ ਬਾਰੇ ਅਸੀਂ ਬਾਈਬਲ ਦੇ ਵਿੱਚ ਸੁਣਿਆ, ਕਿੰਨੀਆਂ ਗੱਲਾਂ ਸੁਣੀਆਂ, ਉਹ ਸਾਨੂੰ ਕੀ ਕਹਿੰਦੇ ਨੇ? ਸੁਣੀਏ ਧਿਆਨ ਦੇ ਨਾਲ। ਤੁਹਾਡੇ ਨਾਲ ਪ੍ਰਭੂ ਤੁਹਾਡਾ ਪਰਮੇਸ਼ਵਰ ਤੁਹਾਡੇ ਦੁਸ਼ਮਣਾਂ ਦੇ ਵਿਰੁੱਧ ਲੜਨ ਲਈ ਜਾ ਰਿਹਾ ਹੈ। ਤੁਹਾਡੇ ਦੁਸ਼ਮਣਾਂ ਦੇ ਨਾਲ ਸਾਡਾ ਪ੍ਰਭੂ ਲੜਨ ਦੇ ਲਈ ਜਾ ਰਿਹਾ ਹੈ। ਤਾਲੀ ਵਜਾ ਕੇ ਖੁਦਾ ਦਾ ਧੰਨਵਾਦ ਕਰੀਏ। ਹਾਲੇਲੂਇਆ, 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 ਹਾਲੇਲੂਇਆ। ਹਾਂਜੀ, ਅੱਗੇ। ਅਤੇ ਉਹ ਤੁਹਾਨੂੰ ਜਿੱਤ ਦੇਵੇਗਾ। ਉਹ ਤੁਹਾਨੂੰ ਜਿੱਤ ਦੇਵੇਗਾ। ਕਿਉਂ? ਪ੍ਰਭੂ ਕਹਿ ਰਿਹਾ ਹੈ ਕਿਉਂਕਿ ਅਸੀਂ ਪ੍ਰਭੂ ਦੇ ਨਾਲ ਨਹੀਂ ਆ। ਪ੍ਰਵਚਨ ਪਹਿਲਾਂ ਹੀ ਸਾਡਾ ਪ੍ਰਭੂ ਸਾਡੇ ਨਾਲ ਹੈ। ਜਿਹੜਾ ਬੰਦਾ ਸਾਡੇ ਨਾਲ ਹੁੰਦਾ, ਅਸੀਂ ਉਹਦੇ ਨਾਲ ਗੱਲਾਂ ਕਰਦੇ, ਉਹਦੀਆਂ ਮਾੜੀਆਂ ਗੱਲਾਂ ਨਹੀਂ ਕਰਦੇ, ਉਹਦੀਆਂ ਚੰਗੀਆਂ ਗੱਲਾਂ ਕਰਦੇ। ਉਸੇ ਤਰ੍ਹਾਂ ਆਰਾਧਨਾ ਸਤੁਤੀ ਕੀ ਹੈ? ਪ੍ਰਭੂ ਦੇ ਬਾਰੇ ਚੰਗਾ ਕਹਿਣਾ। ਪ੍ਰਭੂ ਮਹਾਨ ਹੈ, ਪ੍ਰਭੂ ਮਹਾਨ ਆਤਮਾ ਦੇ ਯੋਗ ਹੈ, ਪ੍ਰਭੂ ਸਮਰਥੀ ਪਰਮੇਸ਼ਰ ਹੈ। ਹਾਲੇਲੂਇਆ, 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 ਹਾਲੇਲੂਇਆ। ਕੂਚ ਦਾ ਗ੍ਰੰਥ 14:14 ਆਇਤ ਸਾਨੂੰ ਯਾਦ ਕਰਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਪਰਮੇਸ਼ਵਰ ਨੇ ਇਸਰਾਇਲੀਆਂ ਨੂੰ ਮਿਸ਼ਰ ਦੀ ਗੁਲਾਮੀ ਚੋਂ ਬਾਹਰ ਕੱਢਿਆ, ਅਤੇ ਜਦੋਂ ਉਹ ਲਾਲ ਸਮੁੰਦਰ ਪਾਰ ਕਰ ਰਹੇ ਸਨ, ਪਿੱਛੇ ਫੌਜਾਂ ਸਨ, ਪਰਮੇਸ਼ਵਰ ਨੇ ਮੂਸਾ ਦੇ ਦੁਆਰਾ ਉਹਨਾਂ ਨੂੰ ਇਹ ਗੱਲ ਕਹੀ। ਸੁਣਾਂਗੇ ਅਸੀਂ ਕੂਚ ਦਾ ਗ੍ਰੰਥ 14 ਬਾਬ ਉਸਦੀ 14 ਆਇਤ ਵਿੱਚ ਕੀ ਲਿਖਿਆ। ਅੱਜ ਪ੍ਰਭੂ ਤੁਹਾਡੇ ਵੱਲੋਂ ਯੁੱਧ ਕਰੇਗਾ। ਸਾਡਾ ਪ੍ਰਭੂ ਸਾਡੇ ਲਈ ਯੁੱਧ ਲੜੇਗਾ, ਅਸੀਂ ਨਹੀਂ ਲੜਾਂਗੇ। ਅਸੀਂ ਕੀ ਕਰਾਂਗੇ? ਤੁਸੀਂ ਕੇਵਲ ਖੜੇ ਤਮਾਸ਼ਾ ਦੇਖਣਾ। ਹਾਂ, ਅਸੀਂ ਤਮਾਸ਼ਾ ਦੇਖਾਂਗੇ।
ਅੱਜ ਜਦੋਂ ਅਸੀਂ ਆਰਾਧਨਾ ਨਹੀਂ ਕਰਦੇ, ਜਦੋਂ ਅਸੀਂ ਵਚਨ ਨਹੀਂ ਪੜ੍ਹਦੇ, ਜਦੋਂ ਅਸੀਂ ਪ੍ਰਾਰਥਨਾ ਨਹੀਂ ਕਰਦੇ, ਸ਼ੈਤਾਨ ਸਾਡਾ ਤਮਾਸ਼ਾ ਬਣਾਉਂਦਾ। ਅਸੀਂ ਤੀਰਥ ਸਥਾਨ 'ਤੇ ਚਲੇ ਜਾਂਦੇ, ਬਹੁਤ ਸਾਰੇ ਨਵੀਨੇ ਕਰ ਲੈਂਦੇ, ਬਹੁਤ ਸਾਰੀ ਰੋਜ਼ਰੀ ਕਰ ਲੈਂਦੇ, ਬਹੁਤ ਸਾਰੀ ਪ੍ਰਾਰਥਨਾ ਕਰ ਲੈਂਦੇ, ਪਰ ਅਸੀਂ ਆਪਣੇ ਆਪ ਨੂੰ, ਆਪਣੇ ਘਰ ਨੂੰ ਪ੍ਰਭੂ ਦਾ ਮੰਦਰ ਬਣਾ ਕੇ ਇੱਥੇ ਆਰਾਧਨਾ ਨਹੀਂ ਕਰਦੇ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਕਹਿੰਦਾ ਮੇਰੀ ਆਰਾਧਨਾ ਕਰਨ ਵਾਲੇ ਸਿਰਫ ਖੜ੍ਹੇ ਰਹਿਣਗੇ, ਉਹਨਾਂ ਦਾ ਯੁੱਧ ਮੈਂ ਆਪ ਲੜਾਂਗਾ, ਤੁਸੀਂ ਖੜ੍ਹੇ ਤਮਾਸ਼ਾ ਦੇਖੋਗੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਸ ਲਈ ਸੰਤ ਯੋਹੰਨਾ ਦਾ ਪਹਿਲਾ ਪੱਤਰ, ਸੰਤ ਯੋਹੰਨਾ ਜੋ ਪਰਮੇਸ਼ਵਰ ਦਾ ਸਭ ਤੋਂ ਨਜ਼ਦੀਕ, ਸਭ ਤੋਂ ਛੋਟਾ ਅਤੇ ਪਿਆਰਾ ਰਸੂਲ ਸੀ, ਉਹ ਪ੍ਰਭੂ ਦੀ ਛਾਤੀ ਦੇ ਨਾਲ ਲੱਗ ਕੇ ਰਹਿੰਦਾ ਸੀ, ਸਲੀਬ ਦੇ ਥੱਲੇ ਵੀ ਖੜੋਤਾ ਸੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਉਹ ਆਪਣੇ ਪਹਿਲੇ ਪੱਤਰ ਦੇ ਵਿੱਚ ਪੰਜ ਬਾਪ ਚਾਰ ਅਤੇ ਪੰਜ ਆਇਤ ਵਿੱਚ ਕੀ ਦੱਸਦੇ ਨੇ, ਅਸੀਂ ਪੜਾਂਗੇ। ਪਰਮੇਸ਼ਵਰ ਦੀ ਹਰ ਸੰਤਾਨ ਸੰਸਾਰ ਤੇ ਜਿੱਤ ਪ੍ਰਾਪਤ ਕਰਦੀ ਹੈ। ਪਰਮੇਸ਼ਵਰ ਦੀ ਹਰ ਸੰਤਾਨ ਸੰਸਾਰ ਤੇ ਜਿੱਤ ਪ੍ਰਾਪਤ ਕਰਦੀ ਹੈ। ਪਰਮੇਸ਼ਵਰ ਦੀ ਹਰ ਸੰਤਾਨ ਸੰਸਾਰ ਤੇ ਜਿੱਤ ਪ੍ਰਾਪਤ ਕਰਦੀ ਹੈ। ਹਾਲੇਲੂਇਆ, 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 ਹਾਲੇਲੂਇਆ। ਤੁਸੀਂ ਬੈਠੇ ਹੋ ਸਾਰੇ ਇੱਥੇ, ਕੀ ਤੁਸੀਂ ਆਪਣੇ ਪਿਤਾ ਦਾ ਨਿਰਾਦਰ ਕਰੋਗੇ? ਨਹੀਂ ਨਹੀਂ। ਤੁਸੀਂ ਆਪਣੇ ਪਿਤਾ ਦੀ ਦੂਜਿਆਂ ਦੇ ਸਾਹਮਣੇ ਇੱਜ਼ਤ ਕਰੋਗੇ, ਉਹ ਦੂਜਿਆਂ ਦੇ ਸਾਹਮਣੇ ਆਪਣੇ ਪਿਤਾ ਦੀ ਬੇਇੱਜ਼ਤੀ ਨਹੀਂ ਕਰੋਗੇ। ਇਸ ਲਈ ਤੁਸੀਂ ਵੀ ਅਤੇ ਮੈਂ ਵੀ, ਅਸੀਂ ਸਾਰੇ ਮਿਲ ਕੇ ਪਿਤਾ ਦੀ ਹੀ ਆਰਾਧਨਾ ਕਰਾਂਗੇ, ਤੁਹਾਨੂੰ ਹੀ ਆਪਣਾ ਸਭ ਕੁਝ ਮੰਨਾਂਗੇ, ਤਾਂ ਪ੍ਰਭੂ ਕਹਿੰਦਾ ਤੁਸੀਂ ਜਿੱਤ ਹਾਸਲ ਕਰ ਲਓਗੇ। ਹਾਲੇਲੂਇਆ, ਹਾਲੇਲੂਇਆ। ਹਾਂਜੀ, ਅੱਗੇ ਪੜ੍ਹੀਏ। ਅਸਲ ਵਿੱਚ ਇਹ ਸਾਡਾ ਵਿਸ਼ਵਾਸ ਹੀ ਹੈ। ਅਸਲ ਵਿੱਚ ਸਾਡਾ ਕੀ ਹੈ? ਵਿਸ਼ਵਾਸ। ਬਹੁਤ ਸਾਰੇ ਵਿਸ਼ਵਾਸ ਦੇ ਨਾਲ ਨਹੀਂ ਬੋਲਦੇ। ਕਿਵੇਂ ਬੋਲਦੇ ਨੇ? ਜਿਵੇਂ ਇੱਕ ਦਿਨ ਮੈਂ ਡੱਬੋ ਵਾਲੀ ਸਤਸੰਗ ਦੇ ਲਈ ਗਿਆ, ਸਤਸੰਗ ਤੋਂ ਬਾਅਦ ਮੈਂ ਬੱਸ ਵਿੱਚ ਬੈਠ ਕੇ ਸਿਰਸੇ ਨੂੰ ਜਾ ਰਿਹਾ ਸੀ। ਜਦੋਂ ਵੀ ਮੈਂ ਬੱਸ ਅੱਡੇ ਦੇ ਵਿੱਚ ਗਿਆ, ਇੱਕ ਛੋਟੀ ਜਿਹੀ ਬੇਟੀ ਕੁਝ ਮੰਗਣ ਦੇ ਲਈ ਆਈ। ਇੱਕ ਗੀਤ ਗਾ ਰਹੀ ਸੀ, ਲਾਲ ਦੁਪੱਟਾ ਮਲ ਮਲ ਦਾ। ਅਤੇ ਮੈਂ ਉਸ ਬੇਟੀ ਨੂੰ ਪੁੱਛਿਆ, ਬੇਟੀ ਮੇਰੇ ਕੋਲ ਆ, ਲਾਲ ਦੁਪੱਟਾ ਦੇਖਿਆ? ਕਹਿੰਦੀ ਨਹੀਂ। ਮਲਮਲ ਦੇਖੀ? ਕਹਿੰਦੀ ਨਹੀਂ। ਮੈਂ, ਪਰ ਤੂੰ ਗੀਤ ਕਿਉਂ ਗਾ ਰਹੀ? ਕਹਿੰਦੀ ਮੈਂ ਇੱਕ ਦੂਜੇ ਤੋਂ ਸਿੱਖ ਲਿਆ। ਹੁਣ ਕਈ ਲੋਕ ਇਸੇ ਤਰ੍ਹਾਂ ਇੱਕ ਦੂਜੇ ਤੋਂ ਸਿੱਖ ਕੇ ਉਹ ਵੀ ਹਾਲੇਲੂਇਆ ਬੋਲ ਰਹੇ, ਉਹ ਵੀ ਤਾਲੀਆਂ ਵਜਾ ਰਹੇ, ਪਰ ਵਿਸ਼ਵਾਸ ਨਹੀਂ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਜਦੋਂ ਅਸੀਂ ਵਿਸ਼ਵਾਸ ਨਾਲ ਜਾਣਦੇ ਹੋਏ ਕਿ ਮੈਂ ਪਰਮੇਸ਼ਰ ਦਾ ਬੇਟਾ ਹਾਂ, ਮੇਰੀ ਜਿੱਤ ਹੋਏਗੀ, ਤਾਂ ਮੈਂ ਸੰਸਾਰ ਦੇ ਉੱਤੇ ਜਿੱਤ ਪਾ ਲਵਾਂਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਸ ਲਈ ਪਿਆਰਿਓ, ਜਾਣਨਾ ਸ਼ੁਰੂ ਕਰੋ, ਪਰਮੇਸ਼ਰ ਨੂੰ ਜਾਣਨਾ ਹੈ ਤਾਂ ਬਾਈਬਲ ਚੁੱਕ ਲਓ, ਵਚਨ ਪੜ੍ਹਨਾ ਸ਼ੁਰੂ ਕਰੋ, ਵਚਨ ਦੇ ਨਾਲ ਪ੍ਰਭੂ ਦੀ ਆਰਾਧਨਾ ਕਰਨੀ ਸ਼ੁਰੂ ਕਰੋ। ਹਾਲੇਲੂਇਆ, ਹਾਲੇਲੂਇਆ। ਅੱਗੇ ਪੰਜ ਆਇਤ ਵਿੱਚ ਅਸੀਂ ਪੜਾਂਗੇ ਪ੍ਰਭੂ ਦਾ ਵਚਨ ਕੀ ਕਹਿ ਰਿਹਾ ਹੈ, ਸੁਣੀਏ। ਸੰਸਾਰ ਤੇ ਜਿੱਤ ਪ੍ਰਾਪਤ ਕੌਣ ਕਰ ਸਕਦਾ ਹੈ? ਕੌਣ ਸੰਸਾਰ ਤੇ ਜਿੱਤ ਪ੍ਰਾਪਤ ਕਰ ਸਕਦਾ ਹੈ? ਹਾਂਜੀ, ਅੱਗੇ। ਉਹ ਜੋ ਵਿਸ਼ਵਾਸ ਕਰਦਾ ਹੈ, ਉਹ ਜੋ ਵਿਸ਼ਵਾਸ ਕਰਦਾ ਹੈ ਕਿ ਯਿਸੂ ਪਰਮੇਸ਼ਵਰ ਦਾ ਪੁੱਤਰ ਹੈ। ਯਿਸੂ ਪਰਮੇਸ਼ਵਰ ਦਾ ਪੁੱਤਰ ਹੈ। ਯਿਸੂ ਪਰਮੇਸ਼ਵਰ ਦਾ ਪੁੱਤਰ ਹੈ। ਤੇ ਅਸੀਂ ਵੀ ਪਰਮੇਸ਼ਵਰ ਦੇ ਕੀ ਹਾਂ? ਪੁੱਤਰ ਹਾਂ।
ਕਿਉਂਕਿ ਬਪਤਿਸਮੇ ਦੇ ਵਿੱਚ ਸਾਨੂੰ ਪ੍ਰਭੂ ਨੇ ਮੁੱਲ ਖਰੀਦ ਲਿਆ ਹੈ, ਸਾਡੇ ਉੱਤੇ ਆਤਮਾ ਦੇ ਦੁਆਰਾ ਮੋਹਰ ਲੱਗ ਚੁੱਕੀ ਹੈ, ਸਾਡੇ ਲਈ ਸਵਰਗ ਖੁੱਲ ਚੁੱਕਿਆ ਹੈ। ਹਲੇਲੂਇਆ 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 ਹਲੇਲੂਇਆ। ਇਸ ਲਈ ਮੈਂ ਇਹੀ ਕਹਿੰਦਾ, ਜਿਨ੍ਹਾਂ ਨੂੰ ਵਿਸ਼ਵਾਸ ਹੈ ਉਹ ਹੀ ਆਰਾਧਨਾ ਕਰਦੇ ਨੇ, ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ ਉਹ ਆਰਾਧਨਾ ਨਹੀਂ ਕਰਦੇ। ਅਸੀਂ ਵਚਨ ਖੋਲਾਂਗੇ, ਜਬੂਰਾਂ ਦੀ ਪੋਥੀ 14 ਅਧਿਆਏ 1 ਵਚਨ, ਦੂਸਰਾ ਬੇਟਾ ਖੋਲ ਕੇ ਰੱਖੇ। ਇਬਰਾਨੀਆਂ ਦੇ ਨਾਂ ਪੱਤਰ 11 ਬਾਪ ਉਹਦੀ 6 ਆਇਤ, ਪਹਿਲਾਂ ਅਸੀਂ ਜਬੂਰ ਨੰਬਰ 14 ਉਹਦੀ ਪਹਿਲੀ ਆਇਤ ਅਸੀਂ ਪੜ੍ਹਾਂਗੇ। ਮੂਰਖ ਮਨੁੱਖ ਆਪਣੇ ਮਨ ਵਿੱਚ ਕਹਿੰਦੇ ਹਨ ਪਰਮੇਸ਼ਵਰ ਨਹੀਂ ਹੈ। ਕੌਣ ਉਸ ਸਤ ਮਹਿਮਾ ਆਰਾਧਨਾ ਨਹੀਂ ਕਰਦਾ ਜਿਹੜੇ ਕਹਿੰਦੇ ਪਰਮੇਸ਼ਵਰ ਨਹੀਂ ਹੈ। ਹਲੇਲੂਇਆ ਹਲੇਲੂਇਆ। ਕੀ ਅਸੀਂ ਮੂਰਖ ਹਾਂ? ਕੋਈ ਵੀ ਮੂਰਖ ਨਹੀਂ ਹੈ। ਸਾਨੂੰ ਪਰਮੇਸ਼ਵਰ ਨੇ ਮੂਰਖ ਨਹੀਂ ਬਣਾਇਆ, ਸਾਨੂੰ ਪਰਮੇਸ਼ਵਰ ਨੇ ਆਪਣੇ ਸਰੂਪ ਅਤੇ ਆਪਣੇ ਵਰਗਾ ਬਣਾਇਆ ਹੈ। ਪਰ ਹੁਣ ਸਾਡੇ ਉੱਤੇ ਹੈ ਕਿ ਮੈਂ ਵਿਸ਼ਵਾਸ ਕਰਦਾ ਹਾਂ ਜਾਂ ਨਹੀਂ ਕਰਦਾ। ਜੋ ਵਿਸ਼ਵਾਸ ਕਰਦੇ ਨੇ ਪਰਮੇਸ਼ਰ ਦਾ ਪੁੱਤਰ ਹੈ ਅਤੇ ਉਹ ਵੀ ਵਿਸ਼ਵਾਸੀ ਬਣ ਜਾਂਦੇ ਨੇ। ਹਲੇਲੂਇਆ ਹਲੇਲੂਇਆ। ਹੁਣ ਅਸੀਂ ਸੁਣਾਂਗੇ ਇਬਰਾਨੀਆਂ ਦੇ ਨਾਮ ਪੱਤਰ 11 ਬਾਪ ਉਸਦੀ 6 ਆਇਤ। ਵਿਸ਼ਵਾਸ ਤੋਂ ਬਿਨਾਂ ਕੋਈ ਵੀ ਮਨੁੱਖ ਪਰਮੇਸ਼ਵਰ ਨੂੰ ਪ੍ਰਸੰਨ ਨਹੀਂ ਕਰ ਸਕਦਾ। ਵਿਸ਼ਵਾਸ ਤੋਂ ਬਿਨਾਂ ਅਸੀਂ ਪ੍ਰਸੰਨ ਨਹੀਂ ਕਰ ਸਕਦੇ। ਯੂਹੰਨਾ ਦੀ ਪਹਿਲਾ ਪੱਤਰ 4:5 ਆਇਤ ਵਿੱਚ ਅਸੀਂ ਕੀ ਸੁਣਿਆ? ਸੰਸਾਰ ਤੇ ਜਿੱਤ ਕੌਣ ਪਾ ਸਕਦਾ? ਜਿਹੜਾ ਵਿਸ਼ਵਾਸ ਕਰਦਾ ਹੈ ਕਿ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਹੈ। ਹਾਲੇਲੂਇਆ 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 ਹਾਲੇਲੂਇਆ। ਸੰਤੀ ਯਾਕੂਬ ਦਾ ਪੱਤਰ 4 ਬਾਪ ਉਹਦੀ 7 ਆਇਤ। ਇਸ ਲਈ ਅਸੀਂ ਪਰਮੇਸ਼ਰ ਦੇ ਬੇਟੇ ਹਾਂ, ਅਸੀਂ ਪਰਮੇਸ਼ਰ ਦੀਆਂ ਬੇਟੀਆਂ ਹਾਂ, ਅਸੀਂ ਪਰਮੇਸ਼ਵਰ ਦੇ ਧੀਆਂ ਪੁੱਤਰ ਹਾਂ। ਇਸ ਲਈ ਪ੍ਰਭੂ ਕਹਿੰਦਾ ਹੈ ਤੁਸੀਂ ਸ਼ੈਤਾਨ ਦਾ ਮੁਕਾਬਲਾ ਕਰੋ। ਅੱਜ ਬਹੁਤ ਲੋਕ ਸ਼ੈਤਾਨ ਤੋਂ ਡਰਦੇ। ਮੈਂ ਕਈ ਵਾਰੀ ਸਤਸੰਗ ਵਿੱਚ ਦੇਖਿਆ, ਜੇਕਰ ਕਿਸੇ ਦੇ ਅੰਦਰ ਕੋਈ ਬਦਰੂ ਆ ਵੀ ਜਾਵੇ, ਜਿੰਨੇ ਵੀ ਉਹਦੇ ਚਾਰੇ ਪਾਸੇ ਬੈਠੇ ਉੱਠ ਉੱਠ ਕੇ ਭੱਜਦੇ। ਪ੍ਰਭੂ ਨੇ ਕਿਹਾ ਹੈ ਮੈਂ ਤੁਹਾਨੂੰ ਸ਼ਕਤੀ ਦਿੰਦਾ ਹਾਂ, ਮੈਂ ਤੁਹਾਨੂੰ ਅਧਿਕਾਰ ਦਿੰਦਾ ਹਾਂ, ਤੁਸੀਂ ਸ਼ੈਤਾਨ ਦੇ ਉੱਤੇ ਜਿੱਤ ਪਾਓਗੇ। ਹਲੇਲੂਇਆ 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 ਹਲੇਲੂਇਆ। ਇਸ ਲਈ ਪਿਆਰਿਓ ਵਚਨ ਸੁਣੀਏ, ਵਚਨ ਨੂੰ ਪੜ੍ਹਨਾ ਸ਼ੁਰੂ ਕਰੀਏ, ਵਚਨ ਨੂੰ ਆਪਣਾ ਬਣਾ ਲਈਏ, ਕਿਉਂਕਿ ਇਹ ਸਾਡੇ ਪਿਤਾ ਦੇ ਵਚਨ ਨੇ। ਹਲੇਲੂਇਆ ਹਲੇਲੂਇਆ। ਇਹ ਸਾਡੇ ਯਿਸੂ ਦੇ ਵਚਨ ਨੇ। ਹਲੇਲੂਇਆ ਹਲੇਲੂਇਆ। ਹਾਂਜੀ ਪੜ੍ਹੀਏ ਸੰਤੀ ਯਾਕੂਬ ਦਾ ਪੱਤਰ 4 ਬਾਪ ਉਹਦੀ 7 ਆਇਤ। ਇਸ ਲਈ ਪਰਮੇਸ਼ਵਰ ਦੇ ਅਧੀਨ ਰਹੋ। ਹਾਂ, ਪਰਮੇਸ਼ਵਰ ਦੇ ਅਧੀਨ ਰਹੋ। ਤੇ ਆਰਾਧਨਾ, ਸਤਸੰਗ, ਪ੍ਰਾਰਥਨਾ ਕੌਣ ਕਰ ਸਕਦਾ ਹੈ? ਜੋ ਪਰਮੇਸ਼ਵਰ ਦੇ ਅਧੀਨ ਰਹਿੰਦਾ ਹੈ। ਅੱਗੇ ਸ਼ੈਤਾਨ ਦਾ ਟਾਕਰਾ ਕਰੋ। ਹਾਂ, ਸ਼ੈਤਾਨ ਦਾ ਟਾਕਰਾ ਟਾਕਰਾ ਕਰੋ, ਮੁਕਾਬਲਾ ਕਰੋ। ਹਾਲੇਲੂਇਆ 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 ਹਾਲੇਲੂਇਆ। ਹਾਂਜੀ ਅੱਗੇ ਤਾਂ ਉਹ ਤੁਹਾਡੇ ਸਾਹਮਣੇ ਦੌੜ ਜਾਵੇਗਾ। ਤਾਂ ਉਹ ਤੁਹਾਡੇ ਸਾਹਮਣੇ ਦੌੜ ਜਾਵੇਗਾ। ਅੱਜ ਅਸੀਂ ਦੌੜ ਰਹੇ, ਸ਼ੈਤਾਨ ਹੱਸ ਰਿਹਾ। ਇਸ ਲਈ ਪਿਆਰਿਓ, ਸ਼ੈਤਾਨ ਨੂੰ ਦੜਾਉਣਾ ਹੈ, ਸ਼ੈਤਾਨ ਨੂੰ ਭਜਾਉਣਾ ਹੈ, ਤਾਂ ਅਸੀਂ ਵਿਸ਼ਵਾਸ ਕਰਨਾ ਹੈ ਕਿ ਆਰਾਧਨਾ, ਸਤੁਤੀ, ਮਹਿਮਾ ਸ਼ੈਤਾਨ ਨੂੰ ਹਰਾ ਦਿੰਦੀ ਹੈ। ਮੈਂ ਪਰਮੇਸ਼ਵਰ ਦਾ ਬੇਟਾ ਹਾਂ। ਸੰਤ ਯੂਹੰਨਾ ਕਹਿੰਦਾ ਹੈ ਯਿਸੂ ਮਸੀਹ ਇਸੇ ਲਈ ਸੰਸਾਰ ਵਿੱਚ ਆਏ ਕਿ ਉਹ ਸ਼ੈਤਾਨ ਦਾ ਖਾਤਮਾ ਕਰੇ। ਹਲੇਲੂਇਆ 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 ਹਲੇਲੂਇਆ। ਪਿਆਰਿਓ, ਸਾਡੇ ਕੋਲੇ ਬੜੀ ਸੋਹਣੀ ਉਦਾਹਰਣ ਹੈ, ਮਤੀ ਦੀ ਅੰਜੀਲ 4:4
ਉਹਦੀ ਪਹਿਲੀ ਐਤ ਤੋਂ ਅਸੀਂ ਸੁਣਦੇ ਹਾਂ ਯੇਸ਼ੂ ਆਤਮਾ ਵਿੱਚ ਸੀ। 40 ਦਿਨ 40 ਰਾਤ ਰੋਜ਼ੇ ਰੱਖ ਕੇ ਪ੍ਰਾਰਥਨਾ ਕਰ ਰਹੇ ਸਨ ਅਤੇ ਉਹਨਾਂ ਦੇ ਕੋਲ ਸ਼ੈਤਾਨ ਆ ਗਿਆ। ਅਸੀਂ ਤੀਸਰੇ ਵਚਨ ਵਿੱਚ ਸੁਣਾਂਗੇ ਸ਼ੈਤਾਨ ਆ ਕੇ ਯਿਸੂ ਨੂੰ ਕੀ ਕਹਿੰਦਾ ਹੈ। ਸੁਣੀਏ, ਉਸ ਸਮੇਂ ਸ਼ੈਤਾਨ ਨੇ ਆ ਕੇ ਉਹਨਾਂ ਨੂੰ ਕਿਹਾ, ਜੇਕਰ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਇਹਨਾਂ ਪੱਥਰਾਂ ਨੂੰ ਕਹਿ ਕਿ ਇਹ ਰੋਟੀਆਂ ਬਣ ਜਾਣ। ਸ਼ੈਤਾਨ ਦੇਖੋ ਕਿੰਨਾ ਚਲਾਕ, ਉਸ ਯਿਸੂ ਦੀ ਜ਼ਰੂਰਤ ਨੂੰ ਪਹਿਚਾਣ ਗਿਆ, ਉਸ ਨੂੰ ਪਤਾ ਲੱਗ ਗਿਆ ਕਿ ਯਿਸੂ 40 ਦਿਨਾਂ ਤੋਂ ਭੁੱਖਾ ਹੈ। ਯਿਸੂ ਦੇ 40 ਦਿਨ ਪੂਰੇ ਹੋ ਚੁੱਕੇ ਨੇ, ਇਸ ਲਈ ਸ਼ੈਤਾਨ ਉਸਨੂੰ ਆ ਕੇ ਰੋਟੀ ਦਾ ਲਾਲਚ ਦਿੰਦਾ ਹੈ। ਬਹੁਤ ਵਾਰ ਸਾਨੂੰ ਵੀ ਸ਼ੈਤਾਨ ਰੋਟੀ ਦਾ ਲਾਲਚ ਦਿੰਦਾ ਹੈ। ਐਤਵਾਰ ਗਿਰਜੇ ਨਹੀਂ ਜਾਣਾ, ਐਤਵਾਰ ਗਿਰਜੇ ਜਾ ਕੇ ਆਰਾਧਨਾ ਨਹੀਂ ਕਰਨੀ, ਐਤਵਾਰ ਪਾਕ ਮਿਸਾ ਵਿੱਚ ਭਾਗ ਨਹੀਂ ਲੈਣਾ, ਤੇਰੇ ਬੱਚੇ ਭੁੱਖੇ ਮਰ ਜਾਣਗੇ। ਪਿਆਰਿਓ, ਐਤਵਾਰ ਦਾ ਦਿਨ ਖੁਦਾ ਦਾ ਦਿਨ ਹੈ, ਐਤਵਾਰ ਦਾ ਦਿਨ ਆਰਾਧਨਾ ਦਾ ਦਿਨ ਹੈ। ਹੱਲੇਲੂਇਆ, 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 ਹੱਲੇਲੂਇਆ। ਮੈਂ ਬਹੁਤ ਜਗ੍ਹਾ ਤੇ ਦੇਖਿਆ, ਵਿਸ਼ਵਾਸ ਨਾਲ ਕਹਿ ਸਕਦਾ, ਕਈ ਲੋਕ ਰੋਜ਼ਰੀ ਤੋਂ ਬਾਅਦ ਆਉਂਦੇ, ਕਈ ਲੋਕ ਜਦੋਂ ਫਾਦਰ ਜੀ ਦਾ ਪ੍ਰਚਾਰ ਹੋ ਜਾਂਦਾ ਉਸ ਤੋਂ ਬਾਅਦ ਆਉਂਦੇ, ਕਈ ਲੋਕ ਅੰਤ ਵਿੱਚ ਆਉਂਦੇ ਅਤੇ ਕਈ ਲੋਕ ਅੰਤ ਵਿੱਚ ਆ ਕੇ ਵੀ ਉਸ ਤੋਂ ਬਾਅਦ ਆਰਾਧਨਾ ਆਉਂਦੀ, ਪ੍ਰਭੂ ਦੀ ਉਸਤਤ ਮਹਿਮਾ ਆਉਂਦੀ ਸਤਸੰਗ ਦੇ ਦੁਆਰਾ, ਕਈ ਲੋਕ ਉਸ ਵਿੱਚ ਵੀ ਭਾਗ ਨਹੀਂ ਲੈਂਦੇ। ਹੱਲੇਲੂਇਆ, ਹੱਲੇਲੂਇਆ, ਹੱਲੇਲੂਇਆ। ਤੇ ਯਿਸੂ ਮਸੀਹ ਨੇ ਸ਼ੈਤਾਨ ਨੂੰ ਜਵਾਬ ਦੇ ਦਿੱਤਾ। ਚੌਥੀ ਆਇਤ ਵਿੱਚ ਅਸੀਂ ਸੁਣਦੇ ਹਾਂ, ਸੁਣੀਏ, ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਧਰਮ ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ। ਯਿਸੂ ਨੇ ਕਿੱਥੋਂ ਉੱਤਰ ਦਿੱਤਾ? ਬਾਈਬਲ ਦੇ ਵਿੱਚੋਂ ਉੱਤਰ ਦਿੱਤਾ। ਅਸੀਂ ਸ਼ੈਤਾਨ ਨੂੰ ਬਾਈਬਲ ਦੇ ਵਚਨਾਂ ਨਾਲ ਹਰਾਉਣਾ ਹੈ। ਹੱਲੇਲੂਇਆ, ਹੱਲੇਲੂਇਆ। ਅੱਜ ਕੀ ਬੋਲੇ ਯਿਸੂ? ਸੁਣੀਏ, ਮਨੁੱਖ ਕੇਵਲ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਸਗੋਂ ਪਰਮੇਸ਼ਵਰ ਦੇ ਮੂੰਹ ਵਿੱਚੋਂ ਨਿਕਲਣ ਵਾਲੇ ਹਰ ਸ਼ਬਦ ਨਾਲ ਜਿਉਂਦਾ ਰਹੇਗਾ। ਅਸੀਂ ਹਰ ਸ਼ਬਦ ਦੇ ਨਾਲ ਜਿਉਂਦੇ ਰਵਾਂਗੇ। ਪਿਆਰਿਓ, ਅੱਜ ਲੋਕ ਰੋਟੀ ਤੋਂ ਬਿਨਾ ਨਹੀਂ ਮਰ ਰਹੇ, ਅੱਜ ਵਚਨ ਤੋਂ ਬਿਨਾ ਮਰ ਰਹੇ ਨੇ। ਹੱਲੇਲੂਇਆ, 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 ਹੱਲੇਲੂਇਆ। 5 ਅਤੇ 6 ਆਇਤ ਵਿੱਚ ਸ਼ੈਤਾਨ ਯਿਸੂ ਨੂੰ ਯਰੂਸ਼ਲਮ ਦੇ ਇੱਕ ਉੱਚੇ ਮਿਨਾਰੇ ਉੱਤੇ ਲੈ ਗਿਆ, ਮੰਦਰ ਦੇ ਸਭ ਤੋਂ ਉੱਚੀ ਜਗ੍ਹਾ ਤੇ ਲੈ ਗਿਆ ਅਤੇ ਕੀ ਕਹਿੰਦਾ ਸ਼ੈਤਾਨ? ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈ, ਆਪਣੇ ਆਪ ਨੂੰ ਥੱਲੇ ਡੇਗ, ਕਿਉਂਕਿ ਵਚਨ ਵਿੱਚ ਲਿਖਿਆ ਹੈ ਉਹ ਆਪਣੇ ਸਵਰਗ ਦੂਤਾਂ ਨੂੰ ਕੱਲੇਗਾ, ਉਹ ਤੈਨੂੰ ਹੱਥਾਂ ਤੇ ਚੁੱਕ ਲੈਣਗੇ। ਤੇ ਪ੍ਰਭੂ ਯਿਸੂ ਨੇ ਸ਼ੈਤਾਨ ਨੂੰ ਜਵਾਬ ਦਿੱਤਾ, ਵਚਨ ਪੜ੍ਹ ਕੇ 7 ਆਇਤ ਵਿੱਚ ਲਿਖਿਆ ਹੈ, ਸ਼ੈਤਾਨ ਬਾਰੋ ਬਾਰੋ ਬੋਲਦਾ ਹੈ ਤੇ ਯਿਸੂ ਮਸੀਹ ਕੋਟ ਕਰਦਾ ਹੈ ਕਿ ਵਚਨ ਵਿੱਚ ਇੱਥੇ ਲਿਖਿਆ ਹੈ। ਹਾਂਜੀ, ਪੜ੍ਹੀਏ। ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਧਰਮ ਗ੍ਰੰਥ ਵਿੱਚ ਇਹ ਵੀ ਲਿਖਿਆ ਹੋਇਆ ਹੈ, ਤੂੰ ਆਪਣੇ ਪ੍ਰਭੂ ਪਰਮੇਸ਼ਵਰ ਨੂੰ ਨਾ ਪਰਖਣਾ। ਤੂੰ ਆਪਣੇ ਪ੍ਰਭੂ ਪਰਮੇਸ਼ਵਰ ਨੂੰ ਨਾ ਪਰਖਣਾ। ਮੈਂ ਦੇਖਿਆ ਬਹੁਤ ਸਾਰੇ ਲੋਕ ਪ੍ਰਭੂ ਨੂੰ ਪਰਖਦੇ, ਕਹਿੰਦੇ ਜੇ ਪ੍ਰਭੂ ਨੇ ਮੈਨੂੰ ਆਹ ਦੇ ਦਿੱਤਾ ਤਾਂ ਮੈਂ ਗਿਰਜੇ ਲਈ ਆਹ ਕਰਾਂਗਾ, ਜੇ ਮੇਰੇ ਮੁੰਡੇ ਨੂੰ ਨੌਕਰੀ ਮਿਲ ਗਈ ਮੈਂ ਆਹ ਕਰਾਂਗੀ। ਸੋ ਪਿਆਰਿਓ, ਅਸੀਂ ਪ੍ਰਭੂ ਦੇ ਵਚਨਾਂ ਵਿੱਚ ਪੱਕੇ ਨਹੀਂ ਹਾਂ, ਅਸੀਂ ਪ੍ਰਭੂ ਨੂੰ ਪਰਖਣਾ ਚਾਹੁੰਦੇ ਹਾਂ, ਅਸੀਂ ਵੀ ਸ਼ੈਤਾਨ ਦਾ ਸਾਥ ਦੇ ਰਹੇ ਹਾਂ। ਹੱਲੇਲੂਇਆ, ਹੱਲੇਲੂਇਆ। ਇਸ ਲਈ ਪਿਆਰਿਓ, ਤੁਹਾਨੂੰ ਬਰਕਤ ਮਿਲੇ ਚਾਹੇ ਨਾ ਮਿਲੇ, ਤੁਸੀਂ ਚੰਗੇ ਹੋਵੋ ਜਾਂ ਨਾ ਹੋਵੋ, ਤੁਸੀਂ ਪ੍ਰਭੂ ਦੀ ਆਰਾਧਨਾ ਨਹੀਂ ਛੱਡਣੀ। ਹੱਲੇਲੂਇਆ, ਹੱਲੇਲੂਇਆ। ਜਿਸ ਤਰ੍ਹਾਂ ਤੁਸੀਂ
ਆਪਣੇ ਪਰਿਵਾਰ ਦੇ ਵਿੱਚ ਕਈ ਵਾਰ ਗਰੀਬ ਹੋਣ ਦੇ ਨਾਤੇ ਵੀ ਤੁਹਾਡੇ ਕੋਲ ਪੈਸਾ ਨਹੀਂ ਹੈ, ਤੁਹਾਡੇ ਕੋਲ ਉਹ ਚੀਜ਼ ਨਹੀਂ ਹੈ ਕਿ ਤੁਸੀਂ ਆਪਣੇ ਬੇਟੇ ਬੇਟੀ ਨੂੰ ਦੇ ਸਕੋ, ਪਰ ਤੁਸੀਂ ਫਿਰ ਵੀ ਆਪਣੇ ਬੇਟੇ ਬੇਟੀ ਦੇ ਪਿਤਾ ਹੀ ਰਹਿੰਦੇ ਹੋ, ਅਤੇ ਫਿਰ ਵੀ ਬੇਟਾ ਜਾਂ ਬੇਟੀ ਤੁਹਾਨੂੰ ਪਿਤਾ ਹੀ ਕਹੇਗਾ। ਹਾਲੇਲੂਇਆ 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 ਹਾਲੇਲੂਇਆ। 8ਵੀਂ ਐਤ ਵਿੱਚ ਸੁਣਦੇ ਹਾਂ, ਸ਼ੈਤਾਨ ਤੀਸਰੀ ਵਾਰੀ ਯਿਸੂ ਨੂੰ ਉੱਚੇ ਪਹਾੜ ਉੱਤੇ ਲੈ ਗਿਆ। ਵਚਨ 'ਚ ਲਿਖਿਆ ਹੈ ਉਸਨੂੰ ਪਾਤਸ਼ਾਹੀਆਂ ਦਿਖਾਈਆਂ, ਸਾਰੀ ਸ਼ੋਨੋ ਸ਼ੌਕਤ ਦਿਖਾਈ। ਬਸ ਸ਼ੈਤਾਨ ਕਹਿੰਦਾ ਮੈਨੂੰ ਨਿਉਂ ਕੇ ਪ੍ਰਣਾਮ ਕਰ। ਯਿਸੂ ਨੇ ਸਾਰੀਆਂ ਪਾਤਸ਼ਾਹੀਆਂ ਸਾਰੀ ਸ਼ਾਨੋ ਸ਼ੌਕਤ ਨੂੰ ਠੁੱਡਾ ਮਾਰਿਆ, ਅਤੇ ਪ੍ਰਭੂ ਯਿਸੂ ਨੇ ਸ਼ੈਤਾਨ ਨੂੰ ਜਵਾਬ ਦਿੱਤਾ। ਸੁਣੋ 10 ਆਇਤ ਵਿੱਚ ਕੀ ਲਿਖਿਆ ਹੈ। ਪਰ ਯਿਸੂ ਨੇ ਸ਼ੈਤਾਨ ਨੂੰ ਉੱਤਰ ਦਿੱਤਾ, ਮੇਰੇ ਕੋਲੋਂ ਦੂਰ ਹੋ ਜਾ ਸ਼ੈਤਾਨ। ਹਾਂ, ਮੇਰੇ ਕੋਲੋਂ ਦੂਰ ਹੋ ਜਾ ਸ਼ੈਤਾਨ। ਹਾਲੇਲੂਇਆ ਹਾਲੇਲੂਇਆ। ਅੱਜ ਅਸੀਂ ਵੀ ਸ਼ੈਤਾਨ ਨੂੰ ਦੂਰ ਕਰ ਸਕਦੇ ਹਾਂ ਵਚਨ ਦੇ ਨਾਲ, ਪ੍ਰਭੂ ਦੀ ਆਰਾਧਨਾ ਕਰਕੇ। ਅੱਗੇ ਪੜਾਂਗੇ ਵਚਨ ਵਿੱਚ ਕੀ ਲਿਖਿਆ, ਫਿਰ ਕੀ ਹੋ ਗਿਆ। ਸੁਣੋ, ਕਿਉਂਕਿ ਧਰਮ ਗ੍ਰੰਥ ਦਾ ਇਹ ਵਾਕ ਹੈ, ਤੂੰ ਆਪਣੇ ਪ੍ਰਭੂ ਪਰਮੇਸ਼ਵਰ ਨੂੰ ਹੀ ਪ੍ਰਣਾਮ ਕਰ। ਆਪਣੇ ਪ੍ਰਭੂ ਪਰਮੇਸ਼ਵਰ ਨੂੰ ਹੀ ਪ੍ਰਣਾਮ ਕਰਨਾ। ਅੱਗੇ, ਅਤੇ ਕੇਵਲ ਉਸੇ ਦੀ ਹੀ ਭਗਤੀ ਕਰ। ਕੇਵਲ ਉਸੇ ਦੀ ਭਗਤੀ ਕਰ। ਭਗਤੀ ਮਤਲਬ ਉਸੇ ਦੀ ਆਰਾਧਨਾ ਕਰੋ, ਉਸੇ ਦੀ ਸਤੁਤੀ ਕਰੋ। ਜਿਸ ਤਰ੍ਹਾਂ ਪ੍ਰਭੂ ਯਿਸੂ ਨੇ ਸ਼ੈਤਾਨ ਦਾ ਕਹਿਣਾ ਨਾ ਮੰਨ ਕੇ ਸਾਰੀਆਂ ਪਾਤਸ਼ਾਹੀਆਂ ਨੂੰ ਠੁਕਰਾ ਦਿੱਤਾ। ਪੱਥਰਾਂ ਨੂੰ ਕਹਿ ਸਕਦਾ ਸੀ ਰੋਟੀਆਂ ਬਣ ਜਾਣ, ਯਿਸੂ ਨੇ ਜਵਾਬ ਦੇ ਦਿੱਤਾ। ਸੋ ਪਿਆਰਿਓ, ਅਸੀਂ ਵੀ ਆਪਣੀ ਬਾਈਬਲ ਚੁੱਕ ਲਈਏ। ਹਾਲੇਲੂਇਆ ਹਾਲੇਲੂਇਆ। ਕਿਉਂਕਿ ਯਿਸੂ ਨੇ ਇਹ ਫੇਸ ਕੀਤਾ ਹੈ, ਅਤੇ ਯਿਸੂ ਨੇ ਸਾਨੂੰ ਅਧਿਕਾਰ ਦਿੱਤਾ ਹੈ। ਅਤੇ ਅੱਗੇ ਵਚਨ ਵਿੱਚ ਲਿਖਿਆ ਹੈ, ਬੇਟਾ ਪੜ੍ਹੋ ਕੀ ਲਿਖਿਆ ਅੱਗੇ। ਇਹਦੇ ਪਿੱਛੋਂ ਸ਼ੈਤਾਨ ਉਹਨਾਂ ਕੋਲੋਂ ਚਲਾ ਗਿਆ। ਹਾਂ, ਸ਼ੈਤਾਨ ਉਹਨਾਂ ਦੇ ਕੋਲੋਂ ਚਲਾ ਗਿਆ। ਸ਼ੈਤਾਨ ਚਲਾ ਗਿਆ, ਸ਼ਰਮਿੰਦਾ ਹੋ ਗਿਆ। ਹਾਲੇਲੂਇਆ 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 ਹਾਲੇਲੂਇਆ। ਸ਼ੈਤਾਨ ਪਹਿਚਾਨ ਗਿਆ ਕਿ ਇਹ ਯਿਸੂ ਹੈ। ਹਾਲੇਲੂਇਆ ਹਾਲੇਲੂਇਆ। ਤੋ ਪਿਆਰਿਓ, ਤੁਹਾਡੀ ਆਰਾਧਨਾ ਸਤੁਤੀ ਮਹਿਮਾ ਤੇ ਪ੍ਰਾਰਥਨਾ ਅਤੇ ਵਚਨ ਤੋਂ ਸ਼ੈਤਾਨ ਪਹਿਚਾਨ ਜਾਵੇ ਕਿ ਇਹ ਪਰਮੇਸ਼ਰ ਦਾ ਬੇਟਾ ਹੈ, ਇਹ ਪਰਮੇਸ਼ਰ ਦੀ ਬੇਟੀ ਹੈ, ਸ਼ੈਤਾਨ ਵੀ ਤੁਹਾਡੇ ਘਰ ਦੇ ਵਿੱਚੋਂ ਦੌੜ ਜਾਏਗਾ। ਹਾਲੇਲੂਇਆ 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 ਹਾਲੇਲੂਇਆ। ਲੂਕਾ ਦੀ ਅੰਜੀਲ 10 ਬਾਪ, ਲੂਕਾ ਦੀ ਅੰਜੀਲ 10 ਬਾਪ ਉਹਦੀ 17ਵੀਂ ਆਇਤ ਤੋਂ ਅਸੀਂ ਪੜਾਂਗੇ। ਪ੍ਰਭੂ ਯਿਸੂ ਕੀ ਕਹਿ ਰਹੇ ਨੇ, ਮੈਂ ਤੁਹਾਨੂੰ ਸ਼ੈਤਾਨ ਦੇ ਉੱਤੇ ਅਧਿਕਾਰ ਦਿੱਤਾ ਹੈ। ਤੇ ਯਿਸੂ ਨੇ ਆਪਣੇ 72 ਚੇਲਿਆਂ ਨੂੰ ਇੱਕ ਮਿਸ਼ਨ ਦੇ ਲਈ ਕੱਲਿਆ, ਅਤੇ ਸਾਨੂੰ ਵੀ ਪਰਮੇਸ਼ਵਰ ਨੇ ਇਹ ਮਿਸ਼ਨ ਦਿੱਤਾ ਹੈ, ਅਤੇ ਇਹ ਵਚਨ ਸਾਡੇ ਲਈ ਹੈ। ਹਾਲੇਲੂਇਆ ਹਾਲੇਲੂਇਆ। ਹਾਂਜੀ, ਪੜ੍ਹੀਏ। 72 ਚੇਲੇ ਯਿਸੂ ਕੋਲ ਮੁੜ ਆਏ। ਹਾਂ, 72 ਚੇਲੇ ਯਿਸੂ ਦੇ ਕੋਲੇ ਮੁੜ ਕੇ ਵਾਪਸ ਆਏ। ਉਹ ਬਹੁਤ ਖੁਸ਼ ਸਨ, ਬਹੁਤ ਖੁਸ਼ ਸਨ। ਅੱਗੇ ਉਹਨਾਂ ਯਿਸੂ ਨੂੰ ਦੱਸਿਆ, ਪ੍ਰਭੂ ਜੀ, ਤੁਹਾਡੇ ਨਾਂ ਦੇ ਕਾਰਨ ਭੂਤ ਵੀ ਸਾਡੀ ਮੰਨਦੇ ਹਨ। ਜਦੋਂ ਕੋਈ ਯਿਸੂ ਦਾ ਨਾਮ ਲਏਗਾ, ਭੂਤ ਉਹਨਾਂ ਦੀ ਸੁਣੇਗਾ, ਬਦਰੂਆਂ ਉਹਨਾਂ ਦੀਆਂ ਸੁਣਨਗੀਆਂ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਹਾਂਜੀ, ਅੱਗੇ ਯਿਸੂ ਨੇ ਉਹਨਾਂ ਨੂੰ ਕਿਹਾ, ਮੈਂ ਸ਼ੈਤਾਨ ਨੂੰ ਬਿਜਲੀ ਦੀ ਤਰ੍ਹਾਂ ਆਕਾਸ਼ ਤੋਂ ਡਿੱਗਦੇ ਦੇਖਿਆ ਹੈ। ਅੱਜ ਮੈਂ ਬੜੀ ਵਾਰੀ ਦੇਖਦਾ ਲੋਕ ਤੜਾ ਤੜਾ ਡਿੱਗਦੇ। ਹਾਂ, ਯਿਸੂ ਕਹਿੰਦਾ ਮੈਂ ਕਿਹਨੂੰ ਦੇਖਿਆ ਡਿੱਗਦਾ? ਸ਼ੈਤਾਨ ਸ਼ੈਤਾਨ। ਹਾਲੇਲੂਇਆ 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 ਹਾਲੇਲੂਇਆ। ਬਹੁਤ ਸਾਰੇ ਲੋਕ ਆਏ ਮੂੰਹ ਹੱਥ ਕਰਦੇ ਮੂਧੜੇ ਮੂੰਹ ਪੈ ਜਾਂਦੇ ਆ।
ਪ੍ਰਭੂ ਕਹਿੰਦਾ ਮੈਂ ਸ਼ੈਤਾਨ ਨੂੰ ਡਿੱਗਦੇ ਦੇਖਿਆ। ਹਾਲੇਲੂਯਾ 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 ਹਾਲੇਲੂਯਾ। ਪ੍ਰਭੂ ਕਹਿੰਦਾ ਮੈਂ ਤੁਹਾਨੂੰ ਅਧਿਕਾਰ ਦਿੱਤਾ ਹੈ, ਮੈਂ ਤੁਹਾਨੂੰ ਸ਼ਕਤੀ ਦਿੱਤੀ ਹੈ। ਇਹ ਸ਼ਕਤੀ ਉਹਦੇ ਕੋਲ ਆ ਸਕਦੀ ਹੈ ਜਿਹੜਾ ਪ੍ਰਭੂ ਦੀ ਆਰਾਧਨਾ ਕਰਦਾ ਹੈ, ਜਿਹੜਾ ਪ੍ਰਭੂ ਪ੍ਰਾਰਥਨਾ ਕਰਦਾ ਹੈ, ਜਿਹੜਾ ਪ੍ਰਭੂ ਦੀ ਵਚਨਾਂ ਉੱਤੇ ਚੱਲਦਾ ਹੈ ਅਤੇ ਆਪਣਾ ਸਮਾਂ ਪ੍ਰਾਰਥਨਾ ਵਿੱਚ ਗੁਜ਼ਾਰਦਾ ਹੈ, ਉਹਨਾਂ ਨੂੰ ਇਹ ਸ਼ਕਤੀ ਮਿਲਦੀ ਹੈ। ਹਾਂਜੀ ਅੱਗੇ ਪੜ੍ਹੀਏ। ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਮਿੱਧਣ ਦੀ ਸ਼ਕਤੀ ਦਿੱਤੀ ਹੈ। ਸ਼ਕਤੀ ਦਿੱਤੀ ਹੈ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਸੱਪ ਪਿੱਛੂ ਜਾਣੀ ਕਿ ਵੱਡੀਆਂ ਵੱਡੀਆਂ ਮੁਸ਼ਕਲਾਂ ਵੱਡੀਆਂ ਵੱਡੀਆਂ ਬਿਮਾਰੀਆਂ ਨੂੰ ਕੱਢਣ ਦਾ ਅਧਿਕਾਰ ਦਿੱਤਾ ਹੈ। ਹਾਂਜੀ ਅੱਗੇ ਮੈਂ ਸ਼ੈਤਾਨ ਦੀਆਂ ਤਾਕਤਾਂ ਉੱਤੇ ਤੁਹਾਨੂੰ ਅਧਿਕਾਰ ਦਿੱਤਾ ਹੈ। ਸਾਡੇ ਕੋਲੇ ਸ਼ੈਤਾਨ ਨੂੰ ਹਰਾਉਣ ਦੀ ਤਾਕਤ ਹੈ ਅਤੇ ਉਹ ਤਾਕਤ ਕਿਹੜੀ ਹੈ? ਸਤੁਤੀ ਆਰਾਧਨਾ ਵਚਨ। ਸਾਰੇ ਬੋਲੋ ਸਤੁਤੀ ਆਰਾਧਨਾ ਵਚਨ। ਜਦੋਂ ਤੁਹਾਡੇ ਘਰ ਵਿੱਚ ਸਤੁਤੀ ਚੱਲੇਗੀ, ਜਦੋਂ ਤੁਹਾਡੇ ਘਰ ਵਿੱਚ ਆਰਾਧਨਾ ਚੱਲੇਗੀ, ਜਦੋਂ ਤੁਹਾਡੇ ਘਰ ਵਿੱਚ ਪ੍ਰਾਰਥਨਾ ਹੋਏਗੀ, ਜਦੋਂ ਤੁਸੀਂ ਵਚਨ ਪੜੋਗੇ, ਤੁਹਾਡੇ ਘਰ ਦੇ ਵਿੱਚੋਂ ਸ਼ੈਤਾਨ ਹਾਰ ਜਾਏਗਾ। ਹੱਲੇਲੂਯਾ 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 ਹੱਲੇਲੂਯਾ। ਹਾਂਜੀ ਅੱਗੇ ਕੋਈ ਚੀਜ਼ ਵੀ ਤੁਹਾਨੂੰ ਨੁਕਸਾਨ ਨਹੀਂ ਕਰ ਸਕਦੀ। ਕੋਈ ਚੀਜ਼ ਤੁਹਾਡਾ ਨੁਕਸਾਨ ਨਹੀਂ ਕਰ ਸਕਦੀ। ਕਦੋਂ ਹੋਏਗਾ? ਜਦੋਂ ਅਸੀਂ ਸਿਰਫ ਪ੍ਰਭੂ ਦੀ ਸਤੁਤੀ ਆਰਾਧਨਾ ਵਚਨ ਮਹਿਮਾ ਕਰਾਂਗੇ ਤਾਂ। ਹਾਲੇਲੂਯਾ 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 ਹਾਲੇਲੂਯਾ। ਇਸ ਲਈ ਪਿਆਰਿਓ ਅਫਸੀਆਂ ਦੇ ਨਾਮ ਪੱਤਰ 6:11 ਵਿੱਚ ਪੜ੍ਹੀਏ, ਪ੍ਰਭੂ ਦਾ ਵਚਨ ਕਹਿੰਦਾ ਮੈਂ ਤੁਹਾਨੂੰ ਹਥਿਆਰ ਦਿੱਤੇ ਨੇ, ਮੈਂ ਤੁਹਾਨੂੰ ਹਥਿਆਰ ਦਿੱਤੇ ਨੇ। ਹੁਣ ਸਾਡੇ ਦੇਸ਼ ਦੇ ਫੌਜੀ ਵੀਰ ਸਾਡੇ ਦੇਸ਼ ਦੇ ਬਾਰਡਰ 'ਤੇ ਖੜ੍ਹੇ ਨੇ, ਜੇਕਰ ਉਹਨਾਂ ਕੋਲ ਹਥਿਆਰ ਨਾ ਹੋਣ ਤਾਂ ਦੁਸ਼ਮਣ ਉਹਨਾਂ 'ਤੇ ਹਮਲਾ ਕਰੇਗਾ। ਇਸ ਲਈ ਪਿਆਰਿਓ ਸਾਨੂੰ ਵੀ ਪਰਮੇਸ਼ਵਰ ਨੇ ਸ਼ੈਤਾਨ ਨੂੰ ਹਰਾਉਣ ਦੇ ਲਈ ਹਥਿਆਰ ਦਿੱਤਾ ਹੈ। ਵਚਨ ਖੋਲ੍ਹੀਏ, ਵਚਨ ਪੜ੍ਹੀਏ। ਹਾਲ ਪਰਮੇਸ਼ਵਰ ਦੇ ਸਭ ਹਥਿਆਰਾਂ ਨੂੰ ਆਪਣੇ ਉੱਤੇ ਤਾਰ ਲਵੋ ਕਿ ਤੁਸੀਂ ਸ਼ੈਤਾਨ ਦੀਆਂ ਖਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ। ਹਥਿਆਰ ਕੀ ਨੇ? ਪ੍ਰਭੂ ਦਾ ਵਚਨ ਕਹਿੰਦਾ ਹੈ ਸਾਰੇ ਹਥਿਆਰ ਲੈ ਲਓ। ਹਥਿਆਰ ਪਵਿੱਤਰ ਕਲਾਮ ਹੈ, ਹਥਿਆਰ ਸਤੁਤੀ ਆਰਾਧਨਾ ਹੈ, ਹਥਿਆਰ ਤੁਹਾਡੇ ਸਾਜ ਨੇ, ਹਥਿਆਰ ਤੁਹਾਡਾ ਈਮਾਨ ਹੈ, ਹੱਲੇਲੂਯਾ ਹੱਲੇਲੂਯਾ, ਹਥਿਆਰ ਸਾਡੀ ਰੋਜ਼ਰੀ ਹੈ, ਰੋਜ਼ਰੀ ਵਚਨ ਹੈ, ਹੱਲੇਲੂਯਾ 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 ਹੱਲੇਲੂਯਾ। ਪਾਕ ਕਲਾਮ ਸਾਡਾ ਹਥਿਆਰ ਹੈ, ਹੱਲੇਲੂਯਾ 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 ਹੱਲੇਲੂਯਾ। 17ਵਾਂ ਵਚਨ ਸੁਣਾਂਗੇ, ਕੀ ਲਿਖਿਆ ਗਿਆ? ਇਸੇ ਤਰ੍ਹਾਂ ਮੁਕਤੀ ਦੇ ਦਾਨ ਨੂੰ ਆਪਣਾ ਲੋਹ ਟੋਪ ਅਤੇ ਆਤਮਾ ਨੂੰ ਤਲਵਾਰ ਦੇ ਰੂਪ ਵਿੱਚ ਅਰਥਾਤ ਉਸ ਆਤਮਾ ਨੂੰ ਜੋ ਪਰਮੇਸ਼ਵਰ ਦਾ ਵਚਨ ਹੈ ਲੈ ਲਵੋ। ਹਾਂ, ਵਚਨ ਕੀ ਹੈ? ਆਤਮਾ ਦੀ ਤਲਵਾਰ। ਇਸੇ ਤਰ੍ਹਾਂ ਮੁਕਤੀ ਦਾ ਦਾਨ ਲੋਹ ਟੋਪ। ਲੋਹੇ ਦੀ ਟੋਪੀ ਕੌਣ ਪਾਉਂਦੇ? ਜਿਹੜੇ ਮੋਟਰਸਾਈਕਲ ਚਲਾਉਂਦੇ, ਹੈਲਮਟ। ਹਾਲੇਲੂਯਾ ਹਾਲੇਲੂਯਾ। ਤਾਂ ਕਿ ਉਹਨਾਂ ਦੇ ਸਿਰ ਨੂੰ ਸੱਟ ਨਾ ਲੱਗੇ। ਅੱਜ ਬਹੁਤ ਸਾਰੇ ਲੋਕ ਹੈਲਮਟ ਪੁਲਿਸ ਵਾਲਿਆਂ ਨੂੰ ਦੇਖ ਕੇ ਪਾਉਂਦੇ। ਜ਼ਿਆਦਾਤਰ ਕੁੜੀਆਂ ਮੂੰਹ ਲਪੇਟ ਕੇ ਸਕੂਟੀ ਦੇ ਵਿੱਚ ਰੱਖਦੀਆਂ, ਕਿੱਥੇ? ਉਹਦੇ ਉੱਤੇ ਬਹਿ ਜਾਂਦੀਆਂ ਜਿਵੇਂ ਮੁਰਗੀ ਆਂਡਿਆਂ 'ਤੇ ਬੈਠੀ।
ਜਦੋਂ ਐਕਸੀਡੈਂਟ ਹੋ ਗਿਆ ਫਿਰ ਕੀ ਹੋਏਗਾ? ਇਸ ਲਈ ਪਿਆਰਿਓ, ਖੁਦਾ ਨੇ ਸਾਨੂੰ ਇਸ ਧਰਤੀ ਦੇ ਉੱਤੇ ਹੈਲਮਟ ਦਿੱਤਾ ਹੈ, ਖੁਦਾ ਦਾ ਵਚਨ ਜੋ ਤਲਵਾਰ ਹੈ। ਹੱਲੇਲੂਇਆ ਹੱਲੇਲੂਇਆ ਹੱਲੇਲੂਇਆ। ਤੇ 12ਵਾਂ ਵਚਨ ਸੁਣਾਂਗੇ, ਜਦੋਂ ਸਾਡੇ ਕੋਲੇ ਇਹ ਹਥਿਆਰ ਹੋਣਗੇ ਕੀ ਹੋਏਗਾ? ਸੁਣੀਏ, ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਵਿਰੁੱਧ ਨਹੀਂ ਹੈ। ਹਾਂ, ਸਾਡਾ ਕਿਸੇ ਮਨੁੱਖ ਦੇ ਨਾਲ ਯੁੱਧ ਨਹੀਂ ਹੈ, ਸਾਡਾ ਕਿਸੇ ਇਨਸਾਨ ਦੇ ਨਾਲ ਯੁੱਧ ਨਹੀਂ ਹੈ, ਸਾਡਾ ਕਿਸੇ ਦੇਸ਼ ਦੇ ਨਾਲ ਯੁੱਧ ਨਹੀਂ ਹੈ। ਸਾਡਾ ਯੁੱਧ ਕਿਸ ਦੇ ਨਾਲ ਹੈ? ਸ਼ੈਤਾਨ ਸ਼ੈਤਾਨ ਦੇ ਨਾਲ ਹੈ। ਹਾਲੇਲੂਇਆ 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 ਹਾਲੇਲੂਇਆ। ਅੱਗੇ ਪੜ੍ਹੀਏ, ਸਗੋਂ ਇਸ ਹਨੇਰੇ ਸੰਸਾਰ ਦੀਆਂ ਸ਼ਕਤੀਆਂ ਅਤੇ ਆਕਾਸ਼ੀ ਪੈੜੀਆਂ ਆਤਮਕ ਸ਼ਕਤੀਆਂ ਦੇ ਵਿਰੁੱਧ ਹੈ। ਹਨੇਰੇ ਦੀ ਸ਼ਕਤੀ ਮਤਲਬ ਸ਼ੈਤਾਨ, ਸਾਫ ਸਾਫ। ਤੇ ਯਿਸੂ ਕੌਣ ਹੈ? ਚਾਨਣ ਹੈ। ਤੇ ਸ਼ੈਤਾਨ ਦਾ ਮੁਕਾਬਲਾ ਅਸੀਂ ਕਿਹਦੇ ਨਾਲ ਕਰ ਸਕਦੇ? ਅੰਧੇਰੇ ਦੇ ਨਾਲ, ਅੰਧਕਾਰ ਦੇ ਨਾਲ। ਹਾਲੇਲੂਇਆ 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 ਹਾਲੇਲੂਇਆ। ਇਸ ਲਈ ਵਚਨ 13 ਵਿੱਚ ਕੀ ਲਿਖਿਆ? ਇਸ ਲਈ ਪਰਮੇਸ਼ਵਰ ਦੇ ਹਥਿਆਰ ਇਸੇ ਘੜੀ ਲਵੋ। ਹਾਂ, ਪਰਮੇਸ਼ਵਰ ਦੇ ਹਥਿਆਰ ਅੱਜ ਹੀ ਲੈ ਲਓ। ਨਹੀਂ ਸੋਚਣਾ ਅਸੀਂ ਕੱਲ ਤੋਂ ਲਵਾਂਗੇ, ਅਗਲੇ ਐਤਵਾਰ ਤੋਂ ਲਵਾਂਗੇ, ਅਗਲੇ ਵੱਡੇ ਦਿਨ ਤੇ ਲਵਾਂਗੇ। ਨੋ, ਅੱਜ ਹੀ ਪਰਮੇਸ਼ਵਰ ਦਾ ਹਥਿਆਰ ਲੈ ਲਓ। ਸ਼ੈਤਾਨ ਅੱਜ ਵੀ ਤੁਹਾਡੇ ਘਰ ਵਿੱਚ ਆ ਸਕਦਾ ਹੈ, ਤੁਹਾਡਾ ਨੁਕਸਾਨ ਕਰ ਸਕਦਾ ਹੈ। ਹਾਲੇਲੂਇਆ 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 ਹਾਲੇਲੂਇਆ। ਅੱਗੇ ਪੜ੍ਹੀਏ ਕਿ ਭੈੜੇ ਦਿਨ ਆਉਣ ਤੇ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ। ਹਾਂ, ਸ਼ੈਤਾਨ ਦਾ ਮੁਕਾਬਲਾ ਕਰ ਸਕੋ, ਤੇ ਤੁਹਾਡੇ ਕੋਲੇ ਕੀ ਹੋਵੇ? ਵਚਨ ਦੀ ਤਲਵਾਰ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਵਚਨ 18 ਅਸੀਂ ਪੜਾਂਗੇ। ਇਹ ਸਭ ਦੇ ਨਾਲ ਹਰ ਵੇਲੇ ਆਤਮਾ ਦੇ ਰਾਹੀਂ ਪ੍ਰਾਰਥਨਾ ਕਰਦੇ ਰਹੋ। ਹਾਂ, ਇਸ ਲਈ ਆਤਮਾ ਵਿੱਚ ਆਰਾਧਨਾ ਕਰਨੀ। ਕਈ ਲੋਕ ਲਿਪ ਸਰਵਿਸ ਕਰਦੇ, ਯਾਨੀ ਕਿ ਮੂੰਹ ਦੇ ਨਾਲ। ਕਈ ਲੋਕ ਪ੍ਰਭੂ ਦੀ ਆਰਾਧਨਾ ਕਿਵੇਂ ਕਰਦੇ? ਕੱਟ ਐਂਡ ਪੇਸਟ। ਕੱਟ ਐਂਡ ਪੇਸਟ ਕੀ ਹੈ? ਕਿਸੇ ਦਾ ਗੀਤ ਲੈ ਲਿਆ, ਉਹਨੂੰ ਗਾ ਦਿੱਤਾ। ਤੁਹਾਡੇ ਅੰਦਰੋਂ ਪਰਮੇਸ਼ਵਰ ਦਾ ਵਚਨ ਨਿਕਲੇ, ਤੁਹਾਡੇ ਮੂੰਹ ਵਿੱਚੋਂ ਪ੍ਰਭੂ ਦੀ ਆਰਾਧਨਾ ਨਿਕਲੇ। ਹੱਲੇਲੂਇਆ ਹੱਲੇਲੂਇਆ ਹੱਲੇਲੂਇਆ। ਹਾਂਜੀ, ਅੱਗੇ। ਇਸ ਸਭ ਦੇ ਨਾਲ ਹਰ ਵੇਲੇ ਆਤਮਾ ਦੇ ਰਾਹੀਂ ਪ੍ਰਾਰਥਨਾ ਕਰਦੇ ਰਹੋ। ਆਤਮਾ ਦੇ ਰਾਹੀਂ ਪ੍ਰਾਰਥਨਾ ਕਰਦੇ ਰਹੋ ਪਿਆਰਿਓ। ਹੱਲੇਲੂਇਆ ਹੱਲੇਲੂਇਆ। ਹਾਂਜੀ, ਅੱਗੇ। ਅਤੇ ਪਰਮੇਸ਼ਵਰ ਤੋਂ ਮਦਦ ਮੰਗਦੇ ਰਹੋ। ਹਾਂ, ਪਰਮੇਸ਼ਵਰ ਤੋਂ ਮਦਦ ਮੰਗਦੇ ਰਹੋ। ਤੇ ਪ੍ਰਭੂ ਦਾ ਕਲਾਮ ਕਹਿੰਦਾ ਹੈ, ਰੂਪਾਕ ਸਾਡਾ ਮਦਦਗਾਰ ਹੈ। ਯੈਸ, ਰੂਪਾਕ ਸਾਡਾ ਮਦਦਗਾਰ ਹੈ। ਇਸ ਲਈ ਸਾਡਾ ਮਦਦਗਾਰ ਕੋਈ ਨੇਤਾ ਨਹੀਂ ਹੈ, ਸਾਡਾ ਮਦਦਗਾਰ ਕੋਈ ਗੁਆਂਢੀ ਨਹੀਂ ਹੈ, ਸਾਡਾ ਮਦਦਗਾਰ ਕੋਈ ਰਿਸ਼ਤੇਦਾਰ ਨਹੀਂ ਹੈ, ਸਾਡਾ ਮਦਦਗਾਰ ਪਵਿੱਤਰ ਆਤਮਾ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇਸ ਲਈ ਪ੍ਰਭੂ ਕੀ ਕਹਿ ਰਹੇ ਨੇ? ਇੱਕ ਦਿਨ ਮਦਦ ਨਹੀਂ ਮੰਗਣੀ, ਇੱਕ ਮਹੀਨਾ ਮਦਦ ਨਹੀਂ ਮੰਗਣੀ। ਕਈ 9 ਦਿਨ ਮਦਦ ਮੰਗਦੇ, 9 ਦਿਨਾਂ ਤੋਂ ਬਾਅਦ ਗਿਰਜਾ ਬਦਲ ਲੈਂਦੇ, ਪਾਦਰੀ ਬਦਲ ਲੈਂਦੇ, ਪਾਸਟਰ ਬਦਲ ਲੈਂਦੇ। ਇਸ ਲਈ ਪ੍ਰਭੂ ਦਾ ਵਚਨ ਕੀ ਕਹਿ ਰਿਹਾ? ਸੁਣੋ, ਪਰਮੇਸ਼ਰ ਦੇ ਲੋਕਾਂ ਲਈ ਵੀ ਦਿਨ ਰਾਤ ਪ੍ਰਾਰਥਨਾ ਕਰਦੇ ਰਹੋ। ਦਿਨ ਰਾਤ ਪ੍ਰਾਰਥਨਾ ਕਰੋ, ਦਿਨ ਰਾਤ ਸਤੁਤੀ ਆਰਾਧਨਾ ਕਰੋ, ਸ਼ੈਤਾਨ ਹਾਰ ਜਾਏਗਾ। ਬੋਲੋ ਆਮੇਨ ਆਮੇਨ। ਦਿਨ ਰਾਤ ਪ੍ਰਾਰਥਨਾ ਕਰੋ, ਸ਼ੈਤਾਨ
ਨਸ ਜਾਏਗਾ। ਆਮੀਨ। ਸ਼ੈਤਾਨ ਕੁਚਲਿਆ ਜਾਏਗਾ। ਆਮੀਨ। ਸ਼ੈਤਾਨ ਢਿੱਲਾ ਪੈ ਜਾਏਗਾ। ਆਮੀਨ। ਸ਼ੈਤਾਨ ਦੀ ਰੀੜ ਦੀ ਹੱਡੀ ਟੁੱਟ ਜਾਏਗੀ। ਆਮੀਨ। ਯੀਸ਼ੂ ਦੇ ਨਾਂ ਦੇ ਵਿੱਚ ਸਭ ਕੁਝ ਹੋਏਗਾ। ਹਾਲੇਲੂਇਆ 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 ਹਾਲੇਲੂਇਆ। ਅੱਗੇ 19ਵਾਂ ਵਚਨ ਸੁਣਾਂਗੇ। ਮੇਰੇ ਲਈ ਵੀ ਪ੍ਰਾਰਥਨਾ ਕਰੋ। ਹਾਂ, ਸਾਡੇ ਲਈ ਵੀ ਪ੍ਰਾਰਥਨਾ ਕਰੋ। ਪਿਲਾਰ ਸਤਸੰਗ ਟੀਮ ਦੇ ਲਈ ਪ੍ਰਾਰਥਨਾ ਕਰੋ। ਪ੍ਰਾਰਥਨਾ ਪਵਨ ਟੀਵੀ ਚੈਨਲ ਦੇ ਸਾਰੇ ਵਲੰਟੀਅਰਸ ਦੇ ਲਈ ਪ੍ਰਾਰਥਨਾ ਕਰੋ ਕਿ ਉਹ ਵਚਨ ਤੁਹਾਡੇ ਤੱਕ ਪਹੁੰਚਾਉਣ ਅਤੇ ਇਹ ਵਚਨ ਦੇ ਨਾਲ ਸ਼ੈਤਾਨ ਮਰ ਜਾਵੇ। ਹਾਲੇਲੂਇਆ ਹਾਲੇਲੂਇਆ। ਸ਼ੈਤਾਨ ਨਰਕ ਦੀ ਅੱਗ ਵਿੱਚ ਸੁੱਟਿਆ ਜਾਏ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਨੇ ਸ਼ੈਤਾਨ ਦੇ ਲਈ ਕਿਹੜੀ ਜਗ੍ਹਾ ਬਣਾਈ ਹੈ? ਨਰਕ। ਅੱਜ ਜਦੋਂ ਸਾਡੇ ਦਿਲਾਂ ਵਿੱਚ ਅੱਗ ਲੱਗੀ, ਕਾਹਦੀ ਅੱਗ ਲੱਗੀ? ਭੁੱਖ ਦੀ ਅੱਗ ਲੱਗੀ, ਲਾਲਚ ਦੀ ਅੱਗ ਲੱਗੀ, ਤੇ ਸ਼ੈਤਾਨ ਇਸ ਅੱਗ ਵਿੱਚ ਆ ਜਾਂਦਾ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇਸ ਲਈ ਪਿਆਰਿਓ, ਸ਼ੈਤਾਨ ਦੀ ਜਗ੍ਹਾ ਇਹ ਨਹੀਂ ਹੈ, ਇਹ ਪਰਮੇਸ਼ਰ ਦੇ ਮੰਦਰ ਹੈ। ਹਾਲੇਲੂਇਆ 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 ਹਾਲੇਲੂਇਆ। ਜੀ ਅੱਗੇ ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਬੋਲਦੇ ਸਮੇਂ ਪਰਮੇਸ਼ਵਰ ਮੈਨੂੰ ਇਹੋ ਜਿਹੇ ਸ਼ਬਦ ਦੇਵੇ ਜਿਨ੍ਹਾਂ ਰਾਹੀਂ ਮੈਂ ਦਲੇਰੀ ਦੇ ਨਾਲ ਸ਼ੁਭ ਸਮਾਚਾਰ ਦੇ ਗੁਪਤ ਪੇਤਾ ਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਸਕਾਂ। ਪਰਮੇਸ਼ਵਰ ਦੇ ਗੁਪਤ ਭੇਦ ਵਚਨ ਦੀਆਂ ਗੱਲਾਂ ਤੁਹਾਨੂੰ ਦੱਸ ਸਕੀਏ। ਕਿਉਂਕਿ 20 ਆਇਤ ਵਿੱਚ ਕੀ ਲਿਖਿਆ ਸ਼ੁਰੂ ਦੇ ਵਿੱਚ? ਕਿਉਂਕਿ ਇਸੇ ਦਾ ਮੈਂ ਰਾਜਦੂਤ ਹਾਂ। ਵੀ ਆਰ ਐਂਬੈਸਡਰਸ। ਅਸੀਂ ਪ੍ਰਭੂ ਦੇ ਰਾਜਦੂਤ ਹਾਂ। ਰਾਜਦੂਤ ਹਰ ਦੇਸ਼ ਦੇ ਵਿੱਚ ਹੁੰਦੇ। ਸਾਨੂੰ ਵੀ ਪਰਮੇਸ਼ਵਰ ਨੇ ਸਵਰਗ ਤੋਂ ਇਸ ਧਰਤੀ ਦੇ ਉੱਤੇ ਇੱਕ ਰਾਜਦੂਤ ਬਣਾ ਕੇ ਆਪਣੇ ਪਰਿਵਾਰ ਦੇ ਵਿੱਚ, ਆਪਣੇ ਪਿੰਡ ਦੇ ਵਿੱਚ, ਆਪਣੇ ਸ਼ਹਿਰ ਦੇ ਵਿੱਚ ਖੜਾ ਕੀਤਾ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇਸ ਲਈ ਅੰਤ ਵਿੱਚ ਅਸੀਂ ਵਚਨ ਪੜਾਂਗੇ ਕੁਲਸੀਆਂ ਦੇ ਨਾਮ ਪੱਤਰ, ਕੁਲਸੀਆਂ ਦੇ ਨਾਮ ਪੱਤਰ 1 ਬਾਬ ਉਹਦੀ 13ਵੀਂ ਆਇਤ। ਹਾਂਜੀ, ਸ਼ੈਤਾਨ ਨੂੰ ਅਸੀਂ ਹਰਾਉਣਾ ਹੈ ਅਤੇ ਅਸੀਂ ਕਿੱਥੇ ਜਾਣਾ ਹੈ? ਇਹ ਵਚਨ ਵਿੱਚ ਸਾਨੂੰ ਸਾਫ ਸਾਫ ਕਹਿੰਦਾ ਹੈ। ਹਾਂਜੀ ਪੜ੍ਹੀਏ। ਉਹੀ ਸਾਨੂੰ ਹਨੇਰੇ ਦੀ ਸ਼ਕਤੀ ਤੋਂ ਬਚਾ ਕੇ ਆਪਣੇ ਪੁੱਤਰ ਦੇ ਰਾਜ ਵਿੱਚ ਲੈ ਆਇਆ ਹੈ। ਉਹੀ ਕੌਣ? ਪਰਮੇਸ਼ਰ ਪਿਤਾ, ਜਿਸ ਦੇ ਅਸੀਂ ਬੱਚੇ ਹਾਂ। ਸਾਨੂੰ ਪਰਮੇਸ਼ਰ ਯਿਸੂ ਦੇ ਰਾਜ ਵਿੱਚ ਲੈ ਕੇ ਆਇਆ ਹੈ ਤੇ ਸਾਡੇ ਅੰਦਰੋਂ ਸ਼ੈਤਾਨ ਦਾ ਰਾਜ ਖਤਮ ਕੀਤਾ ਹੈ। ਤੇ ਸ਼ੈਤਾਨ ਦਾ ਰਾਜ ਕਿਵੇਂ ਖਤਮ ਹੋਏਗਾ? ਜਦੋਂ ਅਸੀਂ ਸਤੁਤੀ ਆਰਾਧਨਾ ਵਚਨ ਕਰਨਾ ਸ਼ੁਰੂ ਕਰਾਂਗੇ। ਹਾਲੇਲੂਇਆ 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 ਹਾਲੇਲੂਇਆ। ਅੱਗੇ 3 ਬਾਪ ਉਸਦੀ 16ਵੀਂ ਆਇਤ ਅਸੀਂ ਪੜਾਂਗੇ। 3 ਬਾਪ ਉਸਦੀ 16ਵੀਂ ਆਇਤ। ਆਪਣੇ ਮਨਾਂ ਵਿੱਚ ਮਸੀਹ ਦੇ ਵਚਨ ਨੂੰ ਵਾਸ ਕਰਨ ਦਿਓ। ਹਾਂ, ਤੁਹਾਡੇ ਮਨ ਵਿੱਚ ਮਸੀਹ ਦਾ ਵਚਨ ਵਾਸ ਹੋਵੇ। ਅੱਜ ਬਹੁਤ ਸਾਰੇ ਲੋਕਾਂ ਨੂੰ ਵਚਨ ਯਾਦ ਨਹੀਂ ਹੈ। ਕਈ ਅਨਪੜ੍ਹ ਬੀਬੀਆਂ ਵੀ ਸਾਨੂੰ ਮਿਲਦੀਆਂ, ਫਾਦਰ ਜੀ ਕੁਛ ਨਹੀਂ, ਕੁੜੀ ਦਾ ਫੋਨ ਆ ਜੇ। ਹਾਂ, ਪਿੱਛੇ 1 ਨੰਬਰ ਆ, ਇਹ ਮੇਰੀ ਕੁੜੀ ਦਾ। ਉੱਤੋਂ ਕਹਿੰਦੀ ਮੈਂ ਅਨਪੜ੍ਹ ਹਾਂ, ਪਰ ਵਚਨ ਯਾਦ ਨਹੀਂ ਹੈ। ਹਾਲੇਲੂਇਆ 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 ਹਾਲੇਲੂਇਆ। ਬਹੁਤ ਵਾਰੀ ਦੇਖਿਆ ਉੱਠਦੀਆਂ ਨਹੀਂ ਮਾਤਾਵਾਂ, ਭਰਾ ਉੱਠਦੇ ਨਹੀਂ, ਗਿਰਜੇ ਨਹੀਂ ਜਾਂਦੇ। ਕਹਿੰਦੇ ਫਾਦਰ ਜੀ ਸਿਰ ਦੁਖਦਾ, ਗੋਡੇ ਦੁਖਦੇ। ਕੁੜਮ ਮਰ ਜੇ, ਪੀਟੀ ਊਸ਼ਾ ਬਣ ਕੇ ਭੱਜਦੀਆਂ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਮੌਤ ਸ਼ੈਤਾਨ ਦੀ ਨਿਸ਼ਾਨੀ ਹੈ, ਜੀਵਨ ਯਿਸੂ ਦੀ ਨਿਸ਼ਾਨੀ ਹੈ। ਹਾਲੇਲੂਇਆ 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 ਹਾਲੇਲੂਇਆ। ਜੀ ਅੱਗੇ 17ਵਾਂ ਵਚਨ ਸੁਣੀਏ। ਇੱਕ ਦੂਜੇ ਨੂੰ ਪੂਰਨ ਗਿਆਨ ਨਾਲ ਸਿਖਾਓ। ਇੱਕ ਦੂਜੇ ਨੂੰ ਸਿਖਾਓ, ਆਰਾਧਨਾ ਕਰਨੀ ਸਿਖਾਓ, ਇੱਕ ਦੂਜੇ ਨੂੰ ਪ੍ਰਾਰਥਨਾ ਕਰਨੀ ਸਿਖਾਓ। ਅੱਗੇ ਅਤੇ ਸਲਾਹ ਦੇਵੋ, ਸਲਾਹ ਦੇਵੋ। ਅੱਗੇ ਹਰ ਸਮੇਂ ਆਪਣੇ ਧੰਨਵਾਦੀ ਮਨਾਂ ਨਾਲ ਪਰਮੇਸ਼ਵਰ ਦੀ ਉਸਤਤ ਭਜਨਾ
ਸ਼ਬਦਾਂ ਅਤੇ ਆਤਮਕ ਗੀਤਾਂ ਦੁਆਰਾ ਕਰਦੇ ਰਹੋ। ਹਾਂ, ਤੁਹਾਡੀ ਆਰਾਧਨਾ ਕਿਸ ਤਰ੍ਹਾਂ ਹੋਵੇ? ਉਸ ਤਤ ਦੇ ਭਜਨਾਂ ਦੁਆਰਾ, ਸ਼ਬਦਾਂ ਦੇ ਨਾਲ, ਸ਼ਬਦਾਂ ਦੁਆਰਾ, ਆਤਮਕ ਗੀਤਾਂ ਦੁਆਰਾ, ਆਤਮਿਕ ਗੀਤਾਂ ਦੁਆਰਾ। ਤਾਲੀ ਵਜਾ ਕੇ ਖੁਦਾ ਦਾ ਧੰਨਵਾਦ ਕਰੀਏ ਅਤੇ ਖੁਦਾ ਸਾਨੂੰ ਚਿੰਗਿਆਈ, ਆਸ਼ੀਸ਼ ਅਤੇ ਬਰਕਤ ਦੇਵੇ, ਸਾਡੇ ਘਰ ਦੇ ਵਿੱਚੋਂ ਸ਼ੈਤਾਨ ਦਾ ਰਾਜ ਖਤਮ ਹੋ ਜਾਵੇ। ਹਾਲੇਲੂਯਾ। ਅਸੀਂ ਸੰਤ ਯੋਹਨਾ ਦਾ ਪਹਿਲਾ ਪੱਤਰ 5:4 ਵਿੱਚ ਕੀ ਸੁਣਿਆ ਸੀ? ਅਸੀਂ ਪਰਮੇਸ਼ਰ ਦੇ ਬੱਚੇ ਹਾਂ ਤੇ ਪਰਮੇਸ਼ਰ ਦੇ ਬੱਚੇ ਕੀ ਪਾਉਂਦੇ ਨੇ? ਜਿੱਤ ਪਾਉਂਦੇ ਨੇ। ਅੱਜ ਹੀ ਅਸੀਂ ਬ੍ਰਦਰ ਰੋਮਸ ਨਾਲ ਮਿਲ ਕੇ ਇੱਕ ਛੋਟਾ ਜਿਹਾ ਗੀਤ ਲਿਖਿਆ ਅਤੇ ਅੱਜ ਅਸੀਂ ਪਹਿਲੀ ਵਾਰੀ ਤੁਹਾਡੇ ਨਾਲ ਉਹ ਉਸਤਦ ਦੇ ਲਈ ਗਾ ਰਹੇ, ਕਿਉਂਕਿ ਸਾਡੇ ਦਿਲਾਂ ਵਿੱਚੋਂ ਨਿਕਲਿਆ ਹੈ। ਹਾਲੇਲੂਯਾ। ਅਸੀਂ ਬੱਚੇ ਖੁਦਾਵੰਦ ਤੇਰੇ, ਪਾਕ ਕਲਾਮ ਕਹਿੰਦਾ ਹੈ। ਹਾਲੇਲੂਯਾ। ਇਸ ਵਚਨ ਨੂੰ ਗਾ ਕੇ ਖੁਦਾ ਤੋਂ ਆਸ਼ੀਸ਼ ਮੰਗੀਏ ਅਤੇ ਮੈਂ ਤੁਹਾਡੇ ਲਈ ਪ੍ਰਾਰਥਨਾ ਕਰ ਰਿਹਾ ਕਿ ਜੋ ਵੀ ਇਸ ਵਚਨ ਨੂੰ ਗਾਉਣ, ਜੋ ਵੀ ਵਚਨ ਪੜ੍ਹਨ, ਉਹਨਾਂ ਦੇ ਉੱਤੋਂ ਸ਼ੈਤਾਨ ਦਾ ਰਾਜ ਖਤਮ ਹੋ ਜਾਵੇ। ਆਮੀਨ। ਪ੍ਰਭੂ ਯੀਸ਼ੂ, ਪ੍ਰਾਰਥਨਾ ਪਵਨ ਟੀਵੀ ਚੈਨਲ ਦੇਖਣ ਵਾਲਿਆਂ ਨੂੰ ਆਸ਼ੀਸ਼ ਦੇ। ਯੈਸ। ਪ੍ਰਾਰਥਨਾ ਪਵਨ ਟੀਵੀ ਚੈਨਲ ਦੇ ਦੁਆਰਾ ਜਿਨ੍ਹਾਂ ਦੇ ਘਰਾਂ ਵਿੱਚ ਵਚਨ ਪਹੁੰਚ ਰਿਹਾ ਹੈ, ਜਿਨ੍ਹਾਂ ਦੇ ਘਰ ਦੇ ਵਿੱਚ ਵਚਨ ਸੁਣ ਰਿਹਾ ਹੈ, ਤੁਸੀਂ ਉੱਚੀ ਆਵਾਜ਼ ਨਾਲ ਲਗਾ ਦਿਓ, ਆਪਣੇ ਗੁਆਂਢੀਆਂ ਨੂੰ ਦੱਸ ਦਿਓ, ਤਾਂ ਜੋ ਉਹਨਾਂ ਦੇ ਘਰ ਵੀ ਪਰਮੇਸ਼ਰ ਦਾ ਕਲਾਮ ਪਹੁੰਚ ਜਾਵੇ ਅਤੇ ਸ਼ੈਤਾਨ ਦਾ ਰਾਜ ਖਤਮ ਹੋ ਜਾਵੇ, ਪ੍ਰਭੂ ਦਾ ਰਾਜ ਆ ਜਾਵੇ, ਪ੍ਰਭੂ ਦਾ ਰਾਜ ਆ ਜਾਵੇ, ਪ੍ਰਭੂ ਦੀ ਸ਼ਕਤੀ ਆ ਜਾਏ, ਚੰਗਿਆਈ ਆ ਜਾਏ, ਬਰਕਤ ਆ ਜਾਏ, ਅਸੀਂ ਸਾਰੇ ਪ੍ਰਭੂ ਦੇ ਬੇਟੇ ਬੇਟੀਆਂ ਬਣ ਜਾਈਏ। ਇਹ ਅਸੀਂ ਦੁਆ ਮੰਗਦੇ ਹਾਂ ਸਾਡੇ ਪ੍ਰਭੂ ਯੇਸ਼ੂ ਮਸੀਹ ਦੇ ਮਿੱਠੇ ਅਤੇ ਜਲਾਲੀ ਨਾਂ ਦੇ ਉੱਤੇ। ਆਮੀਨ। ਆਓ ਅਸੀਂ ਇਸ ਭਜਨ ਦੇ ਦੁਆਰਾ ਖੁਦਾ ਦੀ ਉਸਤਤ ਵਡਿਆਈ ਕਰੀਏ। ਅਸੀਂ ਬੱਚੇ ਖੁਦਾਵੰਦ ਤੇਰੇ, ਅਸੀਂ ਬੱਚੇ ਖੁਦਾਵੰਦ ਤੇਰੇ, ਪਾਕ ਕਲਾਮ ਕਹਿੰਦਾ ਹੈ। ਅਸੀਂ ਬੱਚੇ ਖੁਦਾਵੰਦ ਤੇਰੇ, ਪਾਕ ਕਲਾਮ ਕਹਿੰਦਾ ਹੈ। ਪਾਕ ਕਲਾਮ ਕਹਿੰਦਾ ਹੈ, ਪਾਕ ਕਲਾਮ ਕਹਿੰਦਾ ਹੈ। ਗਾਈਏ। ਪਾਕ ਕਲਾਮ ਕਹਿੰਦਾ ਹੈ, ਪਾਕ ਕਲਾਮ ਕਹਿੰਦਾ ਹੈ। ਕੀ ਕਹਿੰਦਾ ਹੈ ਪਾਕ ਕਲਾਮ? ਪਾਕ ਕਲਾਮ ਕਹਿੰਦਾ ਹੈ, ਪਾਕ ਕਲਾਮ ਕਹਿੰਦਾ ਹੈ। ਪਾਕ ਕਲਾਮ ਕਹਿੰਦਾ ਹੈ, ਪਾਕ ਕਲਾਮ ਸ਼ੈਤਾਨ ਹਰਾਵਾਂਗੇ। ਤੇਰੀ ਉਸਤ ਮਹਿਮਾ ਗਾ ਗਾ ਕੇ ਸ਼ੈਤਾਨ ਹਰਾਵਾਂਗੇ। ਜੋ ਸ਼ੈਤਾਨ ਨੂੰ ਹਰਾਉਣਾ ਚਾਹੁੰਦੇ, ਇਸ ਗੀਤ ਨੂੰ, ਇਸ ਭਜਨ ਨੂੰ ਗਾ ਕੇ ਬੋਲੀਏ, ਤੇਰੀ ਉਸਤ ਮਹਿਮਾ ਗਾ ਕੇ ਸ਼ੈਤਾਨ ਨੂੰ ਹਰਾਵਾਂਗੇ। ਇਸ ਲਈ ਦਿਲ ਸੇ ਬੋਲੀਏ, ਤੇਰੀ ਉਸਤ ਮਹਿਮਾ ਗਾ ਗਾ ਕੇ ਸ਼ੈਤਾਨ ਹਰਾਵਾਂਗੇ। ਤੇਰੀ ਉਸਤ ਮਹਿਮਾ ਗਾ ਗਾ ਕੇ ਸ਼ੈਤਾਨ ਹਰਾਵਾਂਗੇ। ਸਭ ਜਨਤਾ ਲਈ ਵਜਾਉਂਦੇ ਹੋਏ ਖੁਸ਼ੀ ਦੇ ਨਾਲ ਵਿਸ਼ਵਾਸ ਕਰੀਏ ਕਿ ਸ਼ੈਤਾਨ ਤੁਹਾਡੇ ਪੈਰਾਂ ਦੇ ਥੱਲੇ ਹੈ। ਯਿਸੂ ਮੇਰੇ ਸਿਰ ਤੇ, ਮੇਰੇ ਦਿਲ ਵਿੱਚ, ਮੇਰੇ ਪਰਿਵਾਰ ਦੇ ਵਿੱਚ ਹੈ। ਇਸ ਲਈ ਰੂਹ ਸੇ ਬੋਲੀਏ, ਅਸੀਂ ਬੱਚੇ ਖੁਦਾਵੰਦ ਤੇਰੇ, ਪਾਕ ਕਲਾਮ ਕਹਿੰਦਾ ਹੈ। ਅਸੀਂ ਬੱਚੇ ਖੁਦਾਵੰਦ ਤੇਰੇ, ਪਾਕ ਕਲਾਮ ਕਹਿੰਦਾ ਹੈ। ਅਸੀਂ ਬੱਚੇ ਖੁਦਾਵੰਦ ਤੇਰੇ, ਪਾਕ ਕਲਾਮ।
ਬੱਚੇ ਖੁਦਾਵੰਦ ਤੇਰੇ ਪਾਕ ਕਲਾਮ ਕਹਿੰਦਾ ਹੈ, 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 ਪਾਕ ਕਲਾਮ ਕਹਿੰਦਾ ਸਾਰੀ ਦੁਨੀਆ ਤੇ ਜਿੱਤ ਪਾਵਾਂਗੇ, ਤੇਰੀ ਉਸਤਤ ਮਹਿਮਾ ਗਾ ਗਾ ਕੇ ਸ਼ੈਤਾਨ ਹਰਾਵਾਂਗੇ, 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 ਹਾਲੇਲੂਇਆ ਗਾ ਗਾ ਕੇ ਸ਼ੈਤਾਨ ਭਜਾਵਾਂਗੇ, ਹਾਲੇਲੂਇਆ ਗਾ ਗਾ ਕੇ ਸ਼ੈਤਾਨ ਭਜਾਵਾਂਗੇ, ਹਾਲੇਲੂਇਆ ਗਾ ਗਾ ਕੇ ਸ਼ੈਤਾਨ ਦੌੜਾਵਾਂਗੇ, ਹਾਲੇਲੂਇਆ ਗਾ ਗਾ ਕੇ ਸ਼ੈਤਾਨ ਦੌੜਾਵਾਂਗੇ, ਹਾਲੇਲੂਇਆ ਗਾ ਕੇ ਫਤਿਹ ਦਾ ਨਾਰਾ ਲਾਵਾਂਗੇ, ਹਾਲੇਲੂਇਆ ਗਾ ਕੇ ਫਤਿਹ ਦਾ ਨਾਰਾ ਲਾਵਾਂਗੇ, ਹਾਲੇਲੂਇਆ ਹਾਲੇਲੂਇਆ ਗਾ ਕੇ ਅੱਗੇ ਵੱਧਦੇ ਜਾਵਾਂਗੇ, ਹਾਲੇਲੂਇਆ ਹਾਲੇਲੂਇਆ ਗਾ ਕੇ ਅੱਗੇ ਵੱਧਦੇ ਜਾਵਾਂਗੇ, ਹਾਲੇਲੂਇਆ ਗਾ ਕੇ ਰੂਹ ਨਾਲ ਭਰਦੇ ਜਾਵਾਂਗੇ, ਹਾਲੇਲੂਇਆ ਗਾ ਕੇ ਰੂਹ ਨਾਲ ਭਰਦੇ ਜਾਵਾਂਗੇ, ਹਾਲੇਲੂਇਆ 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 ਹਾਲੇਲੂਇਆ, ਹਾਲੇਲੂਇਆ 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 ਹਾਲੇਲੂਇਆ, ਸਮਰਪਣ ਕਰਵਾਲਾ ਹਾਂ।
ਤੁਸੀਂ ਸਾਰੇ ਜਣੇ ਉਸਤਤ ਮਹਿਮਾ ਵਚਨ ਰੋਜ਼ਰੀ ਦੇ ਨਾਲ ਸ਼ੈਤਾਨ ਨੂੰ ਹਰਾ ਸਕਦੇ ਹੋ। ਖੁਦਾ ਤੁਹਾਨੂੰ ਆਸ਼ੀਸ਼ ਕਿਰਪਾ ਤੇ ਬਰਕਤ ਦੇਵੇ। ਬਾਪ ਬੇਟੇ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ ਆਮੀਨ। ਜੈ ਯਿਸੂ ਮਸੀਹ ਦੀ, ਜੈ ਯਿਸੂ ਮਸੀਹ ਦੀ।